मैं जट जिमीदारी का काम करता हाँ जिहड़ी कुदरत दिंदी उह खेती आ उह खेती अपनाउंदा बीओ कहिंदे उहनू संघमे ने साणा ते 1354 च उह बिल्डिंग बनी हुई है आ गेट तोड़न लगे सी मकान नू शहर कहण लगा पंचायत घर वी तोड़ना नहीं इहनू जिद्दां दा उद्दां ही बण देख लो जी किन्ने इह वी 300-400 साल पुराने किसी चंगी कारीगरां ने घड़े उह आ जी इह आ 14-18 ते 39-45 हाँ जी ये लिखिया उनसरे कहते भी साढ़े टूट कहते भी जेडे मरे आ साढ़े मरिया का ना आ कहते गुआढ़ी देख लेंदा सी जी वो रात उत्थे रह गए तो पुलिस नूं रिपोर्ट कर देंदे बगैर ब्याह तो कुआरी कुड़ी ने रात रही तो उन्हें तो जुर्माना सी दिने दिने अपने घर जाना पैना पहली गल तो कल्ली आ नहीं सकती उहदी मां जां बाप नाल होऊगा जे मां बाप ने इजाजत देती उस शाम दे 8 बजे तो पहला अपने घर होऊगी कल्चर जे देखिए अखीर असीं कह दिंदे आ पछम साडे तो एडवांस आ बस एडवांस ही है जी भी गर्क रहे आ ये थोड़ा जिहा पहला गर्कना शुरू हो गए हुण असीं भी उधर भी हिंदुस्तान का भी यही हाल आ उहदे बाप नूं उहनूं इह कहता सी वी तैं मेरा काम कार ही करना आ पर वी तैं ब्याह नहीं करवाउणा हुण अपने बाप दे बचन मन्ने हुण ब्याह ही नहीं कराया मैं हजे थोड़ा जिहा कहा मैं कहा बई जी भी देखदे आ असीं सोचदे आ ਮੈਨੂੰ ਆਹਦੇ ਮਰਦ ਨਹੀਂ ਹੋਏਗਾ ਜੇ ਨਾ ਆਏਗਾ ਹੁਣ ਮਰਦ ਦੀ ਜਵਾਨ ਆਉਣਾ ਹੀ ਪਊਗਾ ਇੰਨੀ ਜਲਦੀ ਬੰਦਾ ਮੈਂ ਪੈਰਾਂ ਤੋਂ ਜ਼ਿੰਦਗੀ 'ਚ ਨਹੀਂ ਚੱਕਦਾ ਜਿਹੜਾ ਬਾਹਲਾ ਹੀ ਅੱਤ ਕਰੇ ਉਹ ਤਾਂ ਸਾਰਿਆਂ ਨੂੰ ਪਤਾ ਮੈਂ ਕੌੜਾ ਵੀ ਬਹੁਤ ਹਾਂ ਬਾਈ ਆਪਾਂ ਕਿਸੇ 'ਤੇ ਲਾਗੂ ਨਹੀਂ ਕੀਤੀ ਆਪਣੀ ਕੱਟੜਤਾ ਜ਼ਿੰਦਗੀ 'ਚ ਬਾਈ ਜੀ ਇਹ ਗੇਟ ਜਿਹੜੇ ਨਾ ਐਡੇ ਰੱਖੇ ਆ ਅੱਗੇ ਹਰੇਕ ਘਰ ਦੇ ਵਿੱਚ ਬਈ ਗੋਰੇ ਤਾਂ ਪਛਾੜਾ ਵੀ ਨਹੀਂ ਧੋਂਦੇ ਉਹ ਜਾ ਕੇ ਦਰਬਾਰ ਸਾਹਿਬ ਮੱਥਾ ਟੇਕ ਕੇ ਸਰੂਪਾ ਦੇ ਜਾਂਦੇ ਤੁਸੀਂ ਦੇਖ ਲਓ ਜਿਹੜਾ ਰੋਡ ਬਾਈ ਨੇ ਇਹ ਬਲੱਡ ਆ ਤੇ ਆਹ ਉਹਦੀਆਂ ਹੱਡੀਆਂ ਆ ਫਿਰ ਮੈਂ ਕਹਿੰਦਾ ਮੈਂ ਹੱਡੀ ਇੱਕ ਖਾ ਦਿੰਦਾ ਆ ਤੇ ਬਲੱਡ ਮੈਂ ਪੀਂਦਾ ਨਹੀਂ ਪੇਂਡੂ ਆਸਟ੍ਰੇਲੀਆ ਚੈਨਲ ਨਾਲ ਜੁੜ ਚੁੱਕੇ ਸਾਰੇ ਸੱਜਣਾ ਮਿੱਤਰਾਂ ਨੂੰ ਮੇਰੇ ਵੰਨਿਓ ਜਾਣੀ ਕਿ ਮਿੰਟੂ ਬਰਾੜ ਵੰਨਿਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਉਮੀਦ ਆ ਜਿੱਥੇ ਜਿੱਥੋਂ ਵੀ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਅਸੀਂ ਚੜ੍ਹਦੀ ਕਲਾ 'ਚ ਹਾਂ ਯੂਰਪ ਦਾ ਦੌਰਾ ਚੱਲ ਰਿਹਾ ਜੀ ਅਤੇ ਯੂਰਪ ਦੇ ਦੌਰੇ ਦੇ ਦੌਰਾਨ ਹਰ ਬੰਦੇ ਦਾ ਵੱਖਰੋ ਵੱਖਰੇ ਤਰੀਕੇ ਹੁੰਦੇ ਆ ਘੁੰਮਣ ਦੇ ਕੋਈ ਬੰਦਾ ਸ਼ਹਿਰਾਂ ਨੂੰ ਪਸੰਦ ਕਰਦਾ ਕੋਈ ਨਾਈਟ ਲਾਈਫ ਨੂੰ ਪਸੰਦ ਕਰਦਾ ਕੋਈ ਕਿਸੇ ਚੀਜ਼ ਨੂੰ ਪਸੰਦ ਕਰਦਾ ਕੋਈ ਪਹਾੜਾਂ ਨੂੰ ਕਰਦਾ ਪਰ ਅਸੀਂ ਪੇਂਡੂ ਲੋਕਾਂ ਅਤੇ ਪਿੰਡਾਂ ਨੂੰ ਪਸੰਦ ਕਰਦੇ ਹਾਂ ਅਤੇ ਪਿੰਡਾਂ ਦੀ ਗੱਲ ਕਰਦੇ ਹਾਂ ਸੋ ਅੱਜ ਇਸ ਟਾਈਮ ਅਸੀਂ ਜਿਹੜਾ ਖੜ੍ਹੇ ਹਾਂ ਹੋ ਸਕਦਾ ਤੁਸੀਂ ਜਿਹੜੇ ਮੈਂ ਸ਼ਬਦ ਬੋਲੂੰਗਾ ਅਤੇ ਤੁਹਾਨੂੰ ਲੱਗਣ ਇਹ ਸ਼ਬਦ ਕਿਤੇ ਸਹੀ ਨਹੀਂ ਪ੍ਰੋਨਾਊਂਸ ਕਰ ਰਿਹਾ ਪਰ ਇੱਥੋਂ ਦੀ ਭਾਸ਼ਾ ਦੇ ਵਿੱਚ ਕੁਝ ਕੁ ਸ਼ਬਦ ਇਹੋ ਜਿਹੇ ਆ ਵੀ ਜਿਵੇਂ ਗੁਡਨ ਮੋਰਗਨ ਜੇ ਮੈਂ ਕਹੂੰਗਾ ਤੁਹਾਨੂੰ ਤਾਂ ਗੁਡਨ ਮੋਰਗਨਸ ਕਹਿ ਕੇ ਤੁਹਾਨੂੰ ਇੰਝ ਲੱਗੂਗਾ ਵੀ ਜਿਵੇਂ ਮੈਂ ਕੁਛ ਗਲਤ ਪ੍ਰੋਨਾਊਂਸ ਕਰਤਾ ਪਰ ਨਹੀਂ ਮੈਂ ਗੁੱਡ ਮੋਰਨਿੰਗ ਹੀ ਕਹਿ ਰਿਹਾ ਸੋ ਇਦਾਂ ਦੇ ਬਹੁਤ ਸਾਰੇ ਸ਼ਬਦ ਇੱਥੇ ਹੋਣਗੇ ਵਰਤੇ ਜਾਣਗੇ ਪਰ ਕਈ ਸ਼ਬਦ ਮੈਂ ਬੋਲਣ ਤੋਂ ਗਰੇਜ਼ ਤਾਂ ਕਰਦਾ ਵੀ ਮੈਂ ਪ੍ਰੋਪਰ ਉਹਨਾਂ ਨੂੰ ਨਹੀਂ ਬੋਲ ਸਕਦਾ ਇਸ ਲਈ ਸਾਡੇ ਕੋਲ ਅੱਜ ਸਾਡੇ ਮੇਜ਼ਬਾਨ ਬੜੇ ਹੀ ਪਿਆਰੇ ਸੱਜਣ ਸਰਦਾਰ ਗੁਰਦਾਵਰ ਸਿੰਘ ਜਿਨ੍ਹਾਂ ਨੂੰ ਤੁਸੀਂ ਨਿਹੰਗ ਸਿੰਘ ਦੇ ਤੌਰ 'ਤੇ ਜਾਣਦੇ ਹੋ ਆ ਖੁਦ ਇੱਕ ਕਿਸਾਨ ਆ ਮਿੱਟੀ ਦੇ ਪੁੱਤ ਆ ਮਿੱਟੀ ਨਾਲ ਜੁੜੇ ਹੋਏ ਆ ਅਤੇ ਮਿੱਟੀ 'ਚ ਹੀ ਜਿਹੜੀਆਂ ਮਿੱਟੀ ਦੀਆਂ ਗੱਲਾਂ ਹੀ ਪਸੰਦ ਕਰਦੇ ਆ ਫਿਰ ਜਦੋਂ ਇੱਕ ਦੋ ਪੇਂਡੂ ਇੱਕ ਦੂਜੇ ਨੂੰ ਮਿਲਦੇ ਆ ਤਾਂ ਕਿਤੇ ਨਾ ਕਿਤੇ ਬਹੁਤ ਹੀ ਸੁਹਾਵਣਾ ਸਮਾਂ ਹੋ ਜਾਂਦਾ ਸੋ ਸਾਡੇ ਲਈ ਪਿਛਲੇ 12 ਘੰਟਿਆਂ ਤੋਂ ਅਸੀਂ ਇਹਨਾਂ ਨਾਲ ਆਏ ਹੋਏ ਇਹਨਾਂ ਕੋਲ ਮੇਜ਼ਬਾਨੀ ਦਾ ਲੁਤਫ ਉਠਾ ਰਹੇ ਹਾਂ ਅਤੇ ਬੜਾ ਨਜ਼ਾਰਾ ਆ ਰਿਹਾ ਹੁਣ ਨਿਕਲੇ ਹਾਂ ਅਸੀਂ ਥੋੜ੍ਹੇ ਜਿਹਾ ਇਹਨਾਂ ਦਾ ਜਿਹੜਾ ਪਿੰਡ ਆ ਉਹ ਦੇਖਣ ਅਤੇ ਉਸ ਪਿੰਡ ਬਾਰੇ ਆਪਾਂ ਬਹੁਤ ਸਾਰੀਆਂ ਚੀਜ਼ਾਂ ਨਾਲ ਨਾਲ ਬਾਈ ਜੀ ਤੋਂ ਪੁੱਛਦੇ ਜਾਵਾਂਗੇ ਨਾਲ ਨਾਲ ਦੱਸਦੇ ਜਾਵਾਂ ਪਹਿਲਾਂ ਬੁਲਾਈਏ ਫਤਿਹ ਅਤੇ ਫਿਰ ਅੱਗੇ ਚੱਲਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕੀ ਫਤਿਹ ਜੀ ਸੋ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਨੂੰ ਮੇਜ਼ਬਾਨੀ ਦਾ ਮੌਕਾ ਦਿੱਤਾ ਅਤੇ ਅਸੀਂ ਆਏ ਹਾਂ ਇੱਥੇ ਅਤੇ ਤੁਸੀਂ ਪਹਿਲਾਂ ਇਹ ਪਿੰਡ ਦਾ ਮੈਨੂੰ ਨਾ ਨਾਂ ਦੱਸਿਓ ਮੈਂ ਫਿਰ ਭੁੱਲ ਜਾਂਦਾ ਇਹ ਸਾਡਾ ਪਿੰਡ ਆ ਜੀ ਜਿਹੜਾ ਇਹ 3-1 ਹੀ ਵੱਜ ਜਾਂਦੇ ਆ ਇਵੇਂ ਬਣਦੇ ਆ ਇਹ ਇੱਕ ਜਰਮਨ ਦਾ ਆ ਜੀ ਅੱਛਾ ਜੀ ਇੱਕ ਫਰਾਂਸ ਦਾ ਅਤੇ ਇੱਕ ਸਵਿਟਜ਼ਰਲੈਂਡ ਦਾ ਇਹਨੂੰ 3-1 ਕਹਿ ਦਿੰਦੇ ਆ ਅੱਛਾ ਜੀ ਠੀਕ ਹੈ ਜੀ ਬਾਰਡਰ ਬਿਲਕੁਲ ਲਾਗੂ ਲੱਗ ਗਏ ਨੇ ਜੀ ਸ਼ਹਿਰ ਇਹ ਜਰਮਨ ਦਾ ਆ ਵੱਡਾ ਸ਼ਹਿਰ ਫਰਾਈ ਵਰਗ ਆ ਇਹਨੂੰ ਕਹਿੰਦੇ ਆ ਅਮਕਾਈਜ਼ਰ ਸਟੂਲ ਇਸ ਏਰੀਏ ਨੂੰ ਓਕੇ ਸ਼ਹਿਰ ਦਾ ਨਾਂ ਆ ਜੀ ਇੰਡਿੰਗਨ ਹਾਂਜੀ ਅਮਕਾਈਜ਼ਰ ਸਟੂਲ ਕਾਈਜ਼ਰ ਕਹਿੰਦੇ ਆ ਮਹਾਰਾਜੇ ਨੂੰ ਸਟੂਲ ਕਹਿੰਦੇ ਆ ਕੁਰਸੀ ਨੂੰ ਇੱਥੇ ਇੱਕ ਪਹਾੜ ਆ
ਉਹ ਕੁਰਸੀ ਵਰਗਾ ਆ ਬਹੁਤ ਬੜਾ ਇਸ ਕਰਕੇ ਇਹਦਾ ਇਸੇ ਉਹਦੀ ਪਛਾਣ ਲਈ ਇਹਨੇ ਨਾਂ ਰੱਖਿਆ ਆ ਅਮਕਾਈਜ਼ਰ ਸਟੂਲ ਸੋ ਇੱਕ ਕਹਿ ਸਕਦੇ ਆ ਇਹ ਹਲਕੇ ਦਾ ਨਾਂ ਅਮਕਾਈਜ਼ਰ ਸਟੂਲ ਆ ਤੇ ਸ਼ਹਿਰ ਦਾ ਨਾਂ ਇੰਡਿੰਗਨ ਇੰਡਿੰਗਨ ਸੋ ਇਸ ਪਿੰਡ ਦੀ ਜਿੰਨੀ ਕਿ ਸਾਨੂੰ ਹਿਸਟਰੀ ਪਤਾ ਲੱਗਿਆ ਵੀ ਇਹ 9ਵੀਂ ਸਦੀ ਦੇ ਵਿੱਚ ਇਹ ਪਿੰਡ ਵਸਿਆ ਹਾਂਜੀ ਤੇ ਪਰ ਮੈਂ ਦੇਖ ਰਿਹਾ ਸੀ ਇਸ ਪਿੰਡ ਦੇ ਵਿੱਚ ਜਿਹੜੀਆਂ ਸੜਕਾਂ ਸੀ ਤਾਂ ਹਾਲੀਵੁੱਡ ਦੀਆਂ ਫਿਲਮਾਂ 'ਚ ਦੇਖੀਆਂ ਇੱਟਾਂ ਦੀਆਂ ਸੜਕਾਂ ਪੁਰਾਣੀਆਂ ਬਿਲਡਿੰਗਾਂ ਤੁਸੀਂ ਕਦੋਂ ਕਿਤੋਂ ਜੁੜੇ ਹੋਏ ਇਸ ਪਿੰਡ ਨਾਲ ਮੈਨੂੰ ਹੋ ਗਿਆ ਜੀ 12 ਸਾਲ ਹੋ ਗਿਆ ਇੱਥੇ ਆਏ ਇੱਥੇ ਆਇਆ ਨੂੰ ਹਾਂਜੀ ਤੇ ਇਸ ਪਿੰਡ ਦੀਆਂ ਹੋਰ ਕੀ ਤੁਸੀਂ ਖਾਸੀਅਤ ਦੱਸੋਗੇ ਮੈਂ ਜੀ ਜ਼ਿਮੀਂਦਾਰੀ ਦਾ ਕੰਮ ਕਰਦਾ ਮੇਰੀ ਜੱਟਾਂ ਦੇ ਨਾਲ ਬਾਹਲੀ ਦੋਸਤੀ ਆ ਜੀ ਜੀ ਇੱਥੇ ਅੰਗੂਰਾਂ ਦਾ ਕੰਮ ਬਹੁਤ ਜ਼ਿਆਦਾ ਆ ਕਿਉਂਕਿ ਜਿਹੜਾ ਇੰਡਿੰਗਨ ਅਮਕਾਈਜ਼ਰ ਸਟੂਲ ਆ ਸਾਰੇ ਜਰਮਨ ਦੇ ਵਿੱਚੋਂ ਗਰਮੈਸ਼ ਇਸੇ ਇਲਾਕੇ 'ਚ ਜ਼ਿਆਦਾ ਆ ਜੀ ਜੀ ਵੀ ਗਰਮ ਏਰੀਆ ਅੰਗੂਰਾਂ ਲਈ ਚੰਗਾ ਹਾਂਜੀ ਜਿੰਨੇ ਇੱਥੇ ਇਹਨੂੰ ਪਿੰਡ ਪੈਂਦੇ ਆ ਸ਼ਹਿਰ ਨੂੰ ਸਮੇਤ ਸ਼ਹਿਰ 97% ਲੋਕ ਆਪ ਆਪਣੇ ਪੁਰਾਤਨ ਪੀੜ੍ਹੀ ਬਾਈ ਪੀੜ੍ਹੀ ਵਸੇ ਆ 3% ਲੋਕੀ ਕਿਰਾਏ ਤੇ ਰਹਿੰਦੇ ਆ ਕਿਰਾਏ ਤੇ ਮਕਾਨ ਲੈਣਾ ਹੋਵੇ ਕਿਤੇ ਮਿਲਦਾ ਨਹੀਂ ਇੱਥੇ ਮਿਲਦਾ ਨਹੀਂ ਸਾਰੇ ਆਪੋ ਆਪਦੇ ਘਰ ਮੈਂ ਘਰ ਵੀ ਸਦੀਆਂ ਪੁਰਾਣੇ ਘਰ ਦੇਖੇ ਘਰ ਜੀ ਆ ਤੁਸੀਂ ਗੇਟ ਦੇਖ ਹੀ ਲਿਆ 1581 ਦਾ ਬਣਿਆ ਆ ਤੇ ਤੁਸੀਂ 1400 ਪਤਾ ਨਹੀਂ 13 ਦਾ ਵੀ ਨਿਗਾਹ ਮਾਰੀ ਆ ਇੱਥੇ ਵੱਧ ਤੋਂ ਵੱਧ ਪੁਰਾਣੇ ਤੋਂ ਪੁਰਾਣਾ ਮਕਾਨ ਮਿਲ ਸਕਦੇ ਇਹਨੂੰ ਪੁਰਾਣੇ ਸ਼ਹਿਰ ਨਾਲ ਜਾਣਿਆ ਜਾਂਦਾ ਜਿੰਨੀਆਂ ਵੀ ਜੰਗਾਂ ਯੁੱਧਾਂ ਹੋਈਆਂ ਇਹਦੇ ਵਿੱਚ ਕੋਈ ਨੁਕਸਾਨ ਨਹੀਂ ਹੋਇਆ ਇਹ ਬਚ ਗਿਆ ਚਾਹੇ ਪਹਿਲੀ ਵਰਲਡ ਵਾਰ ਸੀ ਚਾਹੇ ਦੂਜੀ ਵਰਲਡ ਵਾਰ ਸੀ ਚਾਹੇ ਦੂਜੀ ਵਰਲਡ ਵਾਰ ਸੀ ਦੂਸਰੀ ਗੱਲ ਇਹਦੀ ਇਹ ਬਹੁਤ ਖਾਸੀਅਤ ਆ ਜਿਹੜੇ ਇਹਦੀ ਸੜਕਾਂ ਬਣੀਆਂ ਆ ਜੀ ਲੋਕਾਂ ਨੇ ਪੁਰਾਤਨ ਸਮੇਂ ਦੇ ਪਹਿਲਾਂ 300-400 ਸਾਲ ਪਹਿਲਾਂ ਛੇੜੀਆਂ ਥੋੜਿਆਂ ਨਾਲ ਪੱਥਰ ਘੜ ਘੜ ਕੇ ਉਹਨਾਂ ਨੂੰ ਘੜਿਆ ਸੈਂਚੇ ਤਾਂ ਫਿਰ ਉਹ ਸੜਕਾਂ ਬਣੀਆਂ ਹੋਈਆਂ ਨਾ ਦੇਖਿਆ ਮੈਂ ਮਹਿਸੂਸ ਹੁੰਦਾ ਜੀ ਜਦੋਂ ਦੇਣੇ ਆ ਪਤਾ ਨਹੀਂ ਕਿੰਨੀ ਇਹਨਾਂ ਨੇ ਜਾਦਾਂ ਸੰਭਾਲੀਆਂ ਹੋਣੀਆਂ ਬੰਦੇ ਦੀ ਮਨਿਆਦ ਨਹੀਂ ਇਹਨਾਂ ਦੀ ਬਹੁਤ ਵੱਡੀ ਮਨਿਆਦ ਆ ਨਹੀਂ ਬਹੁਤ ਜ਼ਿਆਦਾ ਜੀ ਬਾਕੀ ਦੂਸਰੀ ਗੱਲ ਜੀ ਇੱਥੇ ਦਾ ਏਰੀਆ ਬਹੁਤ ਮੁਹੱਬਤ ਵਾਲਾ ਆ ਤੁਸੀਂ ਵੀ ਦੇਖਿਆ ਤੁਸੀਂ ਉਪਰੇ ਹੋ ਤੁਹਾਨੂੰ ਗੁੱਡ ਮਾਰਗਨ ਤੋਂ ਬਗੈਰ ਕੋਈ ਨੰਗਿਆ ਨਹੀਂ ਸਕਦਾ ਨਹੀਂ ਦਿੰਦਾ ਹਾਂਜੀ ਹਾਂਜੀ ਤੇ ਭਾਸ਼ਾ ਦੀ ਤੁਹਾਨੂੰ ਦਿੱਕਤ ਕਿੰਨੀ ਕੁ ਆਉਂਦੀ ਹੈ ਇੱਥੇ ਮਾਂ ਬੋਲੀ ਕੋਈ ਵੀ ਬਗਾਨੀ ਹੋਵੇ ਜੀ ਸਿੱਖਣੀ ਸੌਖੀ ਨਹੀਂ ਹੁੰਦੀ ਔਖੀ ਹੁੰਦੀ ਆ ਵਿਚਰਦਿਆਂ ਇਨਸਾਨ ਦਾ ਸਿੱਖ ਦਾ ਕੰਮ ਤਾਂ ਪਹਿਲੀ ਗੱਲ ਸਿੱਖਣਾ ਹੀ ਹੈ ਦੂਸਰੀ ਗੱਲ ਵਿਚਰਦਿਆਂ ਕੋਈ ਨਾ ਕੋਈ ਨਵਾਂ ਸ਼ਬਦ ਜੁੜਦਾ 10-20-25-100-1000 ਲੱਖ ਇੱਦਾਂ ਬਣ ਜਾਂਦੇ ਬੰਦੇ ਜਵਾਨ ਚੱਲ ਪੈਂਦੀ ਆ ਨਹੀਂ ਅਸੀਂ ਵੀ ਕਈ ਦਿਨਾਂ ਦੇ ਜਦੋਂ ਦੇ ਆਏ ਹੋਏ ਹਾਂ ਅਤੇ ਅੰਦਾਜ਼ਾ ਲਾ ਲੈਂਦੇ ਹਾਂ ਪੜ੍ਹ ਕੇ ਕੁਝ ਨਾ ਕੁਝ ਮਾੜਾ ਮੋਟਾ ਹੁਣ ਜਿਵੇਂ ਮੈਂ ਪੜ੍ਹ ਰਿਹਾ ਸੀ ਉੱਥੇ ਫੁੱਟਬਾਲ ਲਿਖਿਆ ਪਿਆ ਹੁਣ ਜੇ ਮੈਂ ਬੋਲੂੰਗਾ ਲੋਕ ਹੱਸਣਗੇ ਯਾਰ ਫੁੱਟਬਾਲ ਨੂੰ ਫੁੱਟਬਾਲ ਕਹੀ ਜਾਂਦਾ ਪਰ ਅਸਲ ਦੇ ਵਿੱਚ ਜਰਮਨ ਭਾਸ਼ਾ 'ਚ ਫੁੱਟਬਾਲ ਹੀ ਕਹਿੰਦੇ ਹੁਣ ਉਹਨੂੰ ਪੈਰ ਨੂੰ ਜਿੱਦਾਂ ਫੁੱਟ ਕਹਿ ਦਿੰਦੇ ਇੰਗਲਿਸ਼ ਨੂੰ ਉਹਨੂੰ ਸਾਡੇ ਫੁੱਟਬਾਲ ਕਹਿੰਦੇ ਬਾਲ ਨੂੰ ਬਾਲ ਕਹਿੰਦੇ ਪੈਰ ਨੂੰ ਫੁੱਸ ਕਹਿੰਦੇ ਓਕੇ ਸੋ ਜਾਣੀ ਕਿ ਸਰਲੀ ਕੀਤੀ ਹੋਈ ਇਹਨਾਂ ਨੇ ਭਾਸ਼ਾ ਔਖੀ ਨਹੀਂ ਕੀਤੀ ਹੋਈ ਰਲਦੀ ਹੈ ਜੀ ਇੰਗਲਿਸ਼ ਨਾ ਮੈਂ ਵੀ ਕੂੜ ਬੋਲੀ ਜਾਵਾਂ ਮੈਂ ਵੀ ਇੰਨੀ ਤਾਕਤ ਹੀ ਨਹੀਂ ਪੜਿਆ ਆ ਪਰ ਮੈਂ ਗੁੱਚ ਵਧੀਆ ਇੱਕ ਦੂਜੇ ਨਾਲ ਗੱਲ ਕਰ ਲੈਂਦਾ ਦਫ਼ਤਰੀ ਜਾ ਕੇ ਵੀ ਸਰਕਾਰੀ ਦਰਬਾਰੀ ਜਾ ਕੇ ਵੀ ਤਾਂ ਪੜ੍ਹ ਵੀ ਲੈਂਦਾ ਹੁਣ ਉਠਾਲ ਵੀ ਲੈਂਦਾ ਥੋੜ੍ਹੇ ਵਾਲੇ ਅੱਖਰ ਹਾਂਜੀ ਇੱਥੋਂ ਮੈਂ ਦੱਸਦਿਆਂ ਜੀ ਜਿਹੜਾ ਜਰਮਨ ਦਾ ਸ਼ਹਿਰ ਆ ਜਿਹੜਾ ਮੇਨ ਛੋਟਾ ਟਾਊਨ ਤਾਂ ਇਹਨਾਂ ਨੇ ਦੱਸਿਆ ਪਰ ਫਰੈਂਕਫਰਟ ਵੀ ਇੱਥੋਂ 250 ਕਿਲੋਮੀਟਰ ਆ ਅਤੇ ਸਵਿਟਜ਼ਰਲੈਂਡ ਦੀ ਰਾਜਧਾਨੀ ਯੂਰਿਕ ਵੀ ਇੱਥੋਂ 180 ਕਿਲੋਮੀਟਰ ਆ ਸੋ ਤਕਰੀਬਨ ਨਾਲ ਤੀਜਾ ਦੇਸ਼ ਇਹਦਾ ਫਰਾਂਸ ਹੋ ਗਿਆ ਆਪਣਾ ਜਿਹੜਾ ਖੂਹ ਆ ਜੀ ਹਾਂਜੀ ਉੱਥੋਂ 5-7 ਕਿਲੋਮੀਟਰ ਬਾਰਡਰ ਆ ਫਰਾਂਸ ਦਾ ਬਾਰਡਰ ਉੱਥੇ ਹੀ ਆ ਉਹ ਵੀ ਤੁਹਾਨੂੰ ਦਿਖਾ ਲਿਆਵਾਂਗੇ ਜੀ ਸੋ ਬਾਈ ਹੋਰਾਂ ਦੇ ਖੂਹ 'ਤੇ ਵੀ ਜਾਣਾ ਆਪਾਂ ਪਰ ਆਪਾਂ ਪਹਿਲਾਂ ਪਿੰਡ 'ਚ ਗੇੜਾ ਦੇ ਲਈਏ ਅਤੇ ਪਿੰਡ ਦੀਆਂ ਕੁਝ ਇੱਕ ਜਿਹੜੀਆਂ ਐਮ ਬਿਲਡਿੰਗਾਂ ਅਤੇ ਇੱਕ ਯਾਦਗਾਰ ਦੇਖੀ ਸੀ ਮੈਂ ਰਾਹ 'ਚ ਆਉਂਦੇ ਉਹ ਵੀ ਆਪਾਂ ਦੇਖ ਕੇ ਯਾਦਾਂ ਬਹੁਤ ਆ ਜੀ ਆਪਾਂ ਚਾਲਾ ਮਾਰਦੇ ਹਾਂ ਜੀ ਜੀ ਅਤੇ ਨਾਲੋਂ ਨਾਲ ਤੁਹਾਨੂੰ ਦਰਸ਼ਨ ਕਰਾਈ ਜਾਂਦੇ ਸਾਰੇ ਨਗਰ ਦੇ ਆਪਣੇ ਦੇ ਜੀ 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 ਅਤੇ ਨਾਲੇ ਨਾਲ ਆਪਾਂ ਗੱਲਬਾਤ ਕਰੀ ਜਾਂਦੇ ਹਾਂ ਜੀ ਬਿਲਕੁਲ ਬਹੁਤ ਸੋਹਣਾ ਜਿਹਨੂੰ ਕਹਿੰਦੇ ਆ ਨਾ ਰਾਤ ਜੋ ਲੰਘ ਕੇ ਗਏ ਬਹੁਤ ਜੀ ਲੱਗਿਆ ਸਾਡਾ ਅਤੇ ਅਸੀਂ ਹੁਣ ਉਡੀਕ ਰਹੇ ਸੀ ਕਦੋਂ ਦਿਨ ਚੜ੍ਹੇ ਅਤੇ ਕਦੋਂ ਅਸੀਂ ਪਿੰਡ ਦੇ ਵਿੱਚ ਦੀ ਤੁਰ ਕੇ ਫਿਰ ਗੇੜਾ ਦੇਈਏ ਅਤੇ ਆਓ ਤੁਹਾਨੂੰ ਵੀ ਦਿਵਾਉਂਦੇ ਹਾਂ ਗੇੜਾ ਜੀ ਆਹ ਦੇਖੋ ਇਹ ਸਵਿਟਜ਼ਰਲੈਂਡ ਦੇ ਆ ਇਹ ਓਕੇ ਸੋ ਸਵਿਟਜ਼ਰਲੈਂਡ ਦੇ ਜਿਵੇਂ ਘੜੀਆਂ ਮਸ਼ਹੂਰ ਆ ਐਵੇਂ ਚਾਕੂ ਵੀ ਮਸ਼ਹੂਰ ਆ ਉਹ ਮਾਰਕਾ ਲੱਗਾ ਜੀ ਉਹਨਾਂ ਦਾ ਲੋਗੋ ਲੱਗਾ ਉੱਤੇ ਉਹਦੇ ਕ੍ਰੋਸ ਸਵਿਸ ਕ੍ਰੋਸ ਹਾਂਜੀ ਇਹ ਟੂਰਿਸਟ ਸ਼ਹਿਰ ਕਰਕੇ ਜੀ ਇਹਨੇ ਸਵਿਟਜ਼ਰਲੈਂਡ ਦੇ ਸਮਾਨ ਦੀ ਵੀ ਜਿਹੜੀ ਆ ਰਸੋਈ ਦੀ ਕਰਦਾ ਸ਼ੌਂਕ ਨਾਲ ਰੱਖਣ ਵਾਲੇ ਜੇ ਵਿੱਚ ਛੁਰੀਆਂ ਚਾਕੂ ਇਹ ਸਾਰੇ ਫਿਰ ਨਹੀਂ ਉਹਨਾਂ ਦੀ ਦੁਕਾਨ ਪਾਈ ਹੋਈ ਆ ਜੀ ਘੜੀਆਂ ਦੀ ਦੁਕਾਨ ਵੀ ਹੈਗੀ ਸਵਿਟਜ਼ਰਲੈਂਡ ਦੇ ਮਾਰਕੇ ਦੀ ਉਹ ਟੂਰਿਸਟ ਆਉਂਦੇ ਆ ਫਿਰ ਲੈ ਜਾਂਦੇ ਹਾਂਜੀ ਹਾਂਜੀ ਆਹ ਸਾਡੀ ਬੈਂਕ ਆ ਸਪਾਰਕਾਸੇ ਆ ਜਿਹਦਾ ਨਾਂ ਅੱਛਾ ਬੈਂਕ ਆ ਜੀ
ਉਹ ਲਾਲ ਲਾਲ ਅੱਖਰਾਂ 'ਚ ਲਿਖਿਆ ਸਪਾਰਕਾਸੇ ਸਪਾਰਕਾਸੇ ਹਾਂ ਉਹ ਦੇਖੋ ਸੱਜੇ ਹੱਥ ਕਿੰਨਾ ਪੁਰਾਣਾ ਲਿਖਿਆ 1406 ਦਾ ਬਣਿਆ ਹੈ ਜੀ ਉਹ ਘਰ ਹਾਂਜੀ ਹਾਂ ਵੀ ਹਾਂ ਕਿੰਨਾ ਦਾ 1719 ਦਾ 1719 ਦਾ ਹੈ ਜੀ ਉਹ 1406 ਦਾ ਬਣਿਆ ਉਹ ਜਿਹੜਾ ਦੇਖੋ ਕਿੰਨਾ ਪੁਰਾਣਾ ਲਾਲ ਉਹ ਲਿਖਿਆ ਦੀਦਾ ਜੀ ਵੱਡਾ ਕਰਕੇ ਜੂਮ ਦਿਖਾਓ ਕਿੱਥੇ ਜੇ ਲਿਖਿਆ ਉਹ ਲਿਖਿਆ ਜੀ ਉੱਧਰ ਉਹਦੇ ਤੇ ਹਾਂ ਉਹ ਲਿਖਿਆ ਹੋਇਆ 1406 ਹਾਂਜੀ ਇਹ ਲੱਕੜ ਦੇ ਪਹਿਲਾਂ ਬਣਾਉਂਦੇ ਹੁੰਦੇ ਸੀਗੇ ਜੀ ਢਾਂਚੇ ਦੇ ਘਰ ਇਹ ਜ਼ਿਆਦਾ ਲੱਕੜ ਦੇ ਬਣਾਏ ਹੋਏ ਆ ਢਾਂਚੇ ਬਣਾ ਕੇ ਉਹਨਾਂ ਦੇ ਵਿੱਚ ਆਪਣੇ ਕੋਲ ਉਹ ਨਹੀਂ ਬਜਰੀ ਕੁੱਟ ਕੇ ਸੀਮਿੰਟ ਬਣਾ ਕੇ ਫਿਰ ਉਹਦੇ ਉਹਦੀਆਂ ਸਿੱਲੀਆਂ ਬਣਾ ਕੇ ਇਹਨੇ ਉਹ ਬਣਾਈਆਂ ਹੈ ਨਹੀਂ ਕਿਤਾਬਾਂ ਦੀ ਦੁਕਾਨ ਹੈ ਜੀ ਇਹ ਜੀ ਜੇ ਕਿਸੇ ਨੇ ਆ ਕੇ ਇੱਥੋਂ ਕਾਟ ਵਗੈਰਾ ਖਰੀਦਣੇ ਆ ਉਹ ਕਾਟ ਆ ਸ਼ਹਿਰ ਦੇ ਕਾਟ ਹੈਗੇ ਆ ਅੱਛਾ ਆਪਦੇ ਜਿਹੜੀਆਂ ਹਾਂ ਸੋਵੀਨੀਅਰ ਇੱਕ ਕਿਸਮ ਦੇ ਹਾਂਜੀ ਹਾਂਜੀ ਯਾਦਾਂ ਲੈ ਜਾਂਦਾ ਬੰਦਾ ਯਾਦਾਂ ਜੀ ਯਾਦਾਂ ਤੁਹਾਨੂੰ ਇੱਕ ਗੇਟ ਦਿਖਾਲਦੇ ਆ ਜੀ ਅੱਗੇ ਆ ਗੇਟ ਤੋੜਨ ਲੱਗੇ ਸੀ ਮਕਾਨ ਨੂੰ ਸ਼ਹਿਰ ਕਹਿਣ ਲੱਗਾ ਪੰਚਾਇਤ ਘਰ ਵੀ ਤੋੜਨਾ ਨਹੀਂ ਇਹਨੂੰ ਜਿੱਦਾਂ ਦਾ ਉੱਦਾਂ ਹੀ ਬਣਾ ਇਸ ਨੂੰ ਹਾਂ ਹਾਂਜੀ ਇੱਥੇ ਡੇਟ ਨਹੀਂ ਹੁਣ ਲਿਖੀ ਹੋਈ ਆਹ ਵੇਖੋ ਇਹਨੂੰ ਹੁਣ ਤੋੜ ਤੜਾਉਣਾ ਬੰਦ ਕਰਤਾ ਆ ਕੌਂਸਲ ਨੇ ਕਹਿੰਦੇ ਇਹਨੂੰ ਰੋਕਤਾ ਜੀ ਇਹਨੂੰ ਤੋੜਦੇ ਸੀ ਬਹੁਤ ਇਹ ਵੀ ਹੈਰੀਟੇਜ ਦੇ ਵਿੱਚ ਬਿਲਡਿੰਗ ਸੀ ਪਰ ਕੌਂਸਲ ਨੇ ਇਹਨੂੰ ਇੱਕ ਵਾਰੀ ਰੋਕਤਾ ਕਹਿੰਦੇ ਵੀ ਜਿਹੇ ਜਿਹਾ ਹੈਗਾ ਜੇ ਉਵੇਂ ਨੂੰ ਉਹਨੂੰ ਸੈੱਟ ਕਰਨਾ ਕਰ ਸਕਦੇ ਹੋ ਨਹੀਂ ਤੋੜਨਾ ਨਹੀਂ ਔਰ ਇੱਟਾਂ ਦੇਖੋ ਜੀ ਇਹਨਾਂ ਦੀਆਂ ਇੱਟਾਂ ਦੇਖੋ ਉਹਦੇ ਵਿੱਚੋਂ ਦਿਖੀ ਜਾਂਦੀਆਂ ਕਿਵੇਂ ਇਹ ਕਿਵੇਂ ਸਿਰਾਂ 'ਤੇ ਚੱਕ ਕੇ ਲਿਆ ਕੇ ਖਾਲੀਆਂ ਖੋਲਿਆਂ ਦੇ ਵਿੱਚੋਂ ਨਹਿਰਾਂ ਦੇ ਵਿੱਚੋਂ ਇਹਨੇ ਕਿੱਦਾਂ ਸੀਮਟ ਆਪ ਬਣਾ ਕੇ ਕੁੱਟ ਕੇ ਪੱਥਰਾਂ ਨੂੰ ਫੇਰ ਇਹ ਚਿਣਿਆ ਆ ਉਹ ਕਹਿੰਦੇ ਵੀ ਇਸ ਪਾਸੇ ਨੂੰ ਸਮਾਂ ਥੋੜ੍ਹਾ ਨੰਗਾ ਕਰੋ ਕੰਧ ਨੂੰ ਲੋਕਾਂ ਨੂੰ ਪਤਾ ਲੱਗਾ ਵੀ ਪੁਰਾਣਾ ਸ਼ਹਿਰ ਆ ਕੰਧ 'ਚ ਵੀ ਪਤਾ ਲੱਗਦਾ ਹਾਂਜੀ ਪਹਿਲਾਂ ਇਵੇਂ ਬਣਾਉਂਦੇ ਸੀਗੇ ਜੀ ਆਹ ਜਿਹੜਾ ਆਹ ਗੇਟ ਆ ਇਹ ਕਿਸੇ ਵਧੀਆ ਲੁਹਾਰਾ ਨੇ ਕੁੱਟ ਕੁੱਟ ਕੇ ਬੜੀ ਮਿਹਨਤ ਦੇ ਨਾਲ ਲੋਹੇ ਨੂੰ ਬਾਲੇ ਘੋਲ ਕੇ ਕੁੱਟ ਕੇ ਇਹ ਬਣਾਇਆ ਆ ਜੇ ਕੁੰਡਾ ਕਿੱਡਾ ਸੋਹਣਾ ਕਿਹੜੇ ਟਾਈਮਾਂ ਦਾ ਆਹ ਸਾਰਾ ਕੁੱਟ ਕੁੱਟ ਕੇ ਬਣਾਏ ਹੋਏ ਗੋਲੇ ਆ ਲੋਹੇ ਦੇ ਪਰ ਗੋਰੇ ਜੀ ਇਹ ਜਿਹੜੀ ਬਣਾਇਆ ਉਹਨਾਂ ਦਾ ਸਤਿਕਾਰ ਕਰਦੇ ਆ ਲੋਹੇ ਨਾਲ ਲੋਹਾ ਹੋ ਕੇ ਕੁੱਟਣਾ ਪੈਂਦਾ ਬਿਲਕੁਲ ਬਿਲਕੁਲ ਉਹ 1354 ਮਨਪ੍ਰੀਤ ਹਾਂਜੀ ਉਹ ਸੈਂਗਮੇ ਨੇ ਸਾਣਾ ਜੀ ਕਹਿੰਦੇ ਇੱਥੇ ਹਾਂਜੀ ਸੈਂਗਮੇ ਨੇ ਸਾਣਾ ਅਤੇ 1354 'ਚ ਉਹ ਬਿਲਡਿੰਗ ਬਣੀ ਹੋਈ ਆ ਦੇਖ ਲਓ ਕਹਿੰਦੇ ਪਦਾਰਥਾਂ ਦੀ ਜਿਹੜੀ ਉਮਰ ਹੈਗੀ ਆ ਹਾਂਜੀ ਪਤਾ ਨਹੀਂ ਕਿੰਨੀਆਂ ਪੀੜ੍ਹੀਆਂ ਤੁਰ ਗਈਆਂ ਇੱਥੇ ਇਸ ਬਿਲਡਿੰਗ ਨੂੰ ਦੇਖ ਕੇ ਇੱਥੇ ਕੋਈ ਪਤਾ ਨਹੀਂ ਜੀ ਕਿੰਨੀ ਆਈ ਚੱਲ ਗਈ ਬਸ ਬੰਦਾ ਐਵੇਂ ਮੇਰੀ ਮੇਰੀ ਕਰੀ ਜਾਂਦਾ ਰਹਿੰਦਾ ਜਿਹੜਾ ਜਮਾਂ ਖਾਕ ਆ ਉਹਦੇ ਨਾਲ ਹੋਰ ਸਾਰੀਆਂ ਚੀਜ਼ਾਂ ਦੀ ਪਰ ਬਣਿਆਦ ਆ ਇਹਨਾਂ ਦੀ ਜਿਹੜੀ ਸੜਕ ਆ ਜੀ ਆਹ ਦੇਖੋ ਆ ਪੱਥਰ ਦੇਖੋ ਹਾਂ ਪੱਥਰ ਦੱਸਦਾ ਹਾਂਜੀ ਕਿਵੇਂ ਚਿਣਿਆ ਇੱਕ ਇੱਕ ਪੱਥਰ ਕਾਰਾਂ ਉਹਦੇ 'ਤੇ ਸਮੂਥ ਚੱਲੀ ਜਾਂਦੀਆਂ ਜੀ ਜਿਹੜਾ ਦੇਖੋ ਵੀ ਕਾਰਾਂ ਲਈ ਇਹ ਸੜਕ ਆ ਇੱਕ ਕਿਸਮ ਦੀ ਅਤੇ ਨਾਮ ਵੀ ਲਿਖੇ ਹੋਏ ਅੱਗੇ ਪੱਥਰਾਂ ਦੇ ਉੱਤੇ ਜਿਹੜੇ ਕਾਰੀਗਰ ਘੱਟਦੇ ਸੀ ਫਿਰ ਉਹ ਆਪਣੀ ਛਾਪ ਥੋੜ੍ਹੀ ਛੱਡੇ ਜਾਂਦੇ ਹੁੰਦੇ ਆ ਹੈਲੋ ਆ ਵੀ ਫੁਲਕਸ ਬੈਂਕ ਬੈਂਕ ਆ ਜੀ ਆ ਬੈਂਕ ਆ ਲਿਖਿਆ ਉੱਤੇ ਬੈਂਕ ਸਾਡੇ ਕਹਿੰਦੇ ਬੈਂਕ ਨੂੰ ਅੱਛਾ ਬੈਂਕ ਨੂੰ ਬੈਂਕ ਕਹਿੰਦੇ ਤੁਸੀਂ ਹਾਂਜੀ ਫੁਲਕਸ ਬੈਂਕ ਫੁਲਕਸ ਬੈਂਕ ਹਾਂਜੀ ਹੈਲੋ ਬੀ ਨੂੰ ਫੁਲਕ ਬੀ ਨੂੰ ਐਫ ਬੋਲਦੇ ਫਾਓ ਬੋਲਦੇ ਜੀ ਇਹਨੂੰ ਅੱਛਾ ਹਾਂਜੀ ਏ ਨੂੰ ਆ ਕਹਿੰਦੇ ਆ ਜੀ ਬੀ ਨੂੰ ਬੇ ਦਾ ਸੀ ਨੂੰ ਸੇ ਅੱਛਾ ਇਹਨਾਂ ਦਾ ਜਿਹੜਾ ਪ੍ਰੋਨਾਂਸੀਏਸ਼ਨ ਆ ਉਹਦਾ ਵੀ ਫਰਕ ਆ ਜਿਹੜੀ ਵੀ ਵਿਕਟਰੀ ਵਾਲੀ ਵੀ ਆ ਉਹਨੂੰ ਫੁਲਕ ਐਫ ਬੋਲਦੇ ਆ ਹਾਂਜੀ ਫਾਓ ਜਿਹੜੀ ਏ ਆ ਉਹਨੂੰ ਆ ਬੋਲਦੇ ਤਾਂ ਹੀ ਬੈਂਕ ਆਪਾਂ ਬੈਂਕ ਕਹਿੰਦੇ ਬੈਂਕ ਕਹਿੰਦੇ ਇਹਨੂੰ ਸੋ ਹਰ ਆਪੋ ਆਪਦੀ ਭਾਸ਼ਾ ਜੀ ਰੱਥ ਹਾਊਸ ਹੈ ਜੀ ਪੁਰਾਣਾ ਪੰਚਾਇਤ ਘਰ ਨੂੰ ਰੱਥ ਹਾਊਸ ਕਹਿੰਦੇ ਅੱਛਾ ਇਹ ਪੰਚਾਇਤ ਘਰ ਆ ਹਾਂਜੀ ਰੱਥ ਹਾਊਸ ਨੂੰ ਪੰਚਾਇਤ ਘਰ ਕਹਿੰਦੇ ਆ ਭਾਈ ਦੇਖ ਲਓ ਪੰਚਾਇਤ ਘਰ ਨੂੰ ਰੱਥ ਹਾਊਸ ਕਹਿੰਦੇ ਆ ਯਾਨੀ ਕਿ ਸਾਡੀ ਵੀ ਜੀਭ ਪਲਟਣੋਂ ਹਟ ਗਈ ਇਹ ਜਿਵੇਂ ਆਪਣੇ ਪੰਚਾਇਤ ਘਰ ਇੰਡੀਆ 'ਚ ਹੁੰਦੇ ਸੀ ਜਾਂ ਧਰਮਸ਼ਾਲਾ ਆਉਂਦੀਆਂ ਸੀ ਇਹ ਵੀ ਜਿਵੇਂ ਹੁਣ ਜੇ ਕੋਈ ਯਾਤਰੀ ਆਉਂਦੇ ਸਾਰਾ ਰਿਕਾਰਡ ਇੱਥੇ ਆਈ ਹੁਣ ਤੁਸੀਂ ਇੱਥੇ ਆਪਣਾ ਲਾਇਸੈਂਸ ਅਪਲਾਈ ਕਰਨਾ ਉਹ ਵੀ ਇਹਨਾਂ ਦੇ ਸਾਰੇ ਜੋ ਕੁਛ ਵੀ ਇਹਨਾਂ ਦੇ ਅੰਦਰ ਆ ਜੀ ਸਾਰੇ ਸ਼ਹਿਰ ਤਾਂ ਪਿੰਡ ਪੰਚਾਇਤ ਘਰ ਦੇ ਓਕੇ ਯਾਨੀ ਕਿ ਕੌਂਸਲ ਦਾ ਦਫ਼ਤਰ ਹੈ ਹਾਂਜੀ ਕੌਂਸਲ ਦਾ ਦਫ਼ਤਰ ਹੈ ਇੱਥੇ ਉਹ ਸਟਾਈਲ ਹੈਗਾ ਜਿਹੜਾ ਆਪਣੇ ਧਰਮਸ਼ਾਲਾ ਵਾਲਾ ਹੁੰਦਾ ਸੀ ਵੀ ਪਿੰਡਾਂ 'ਚ ਹੁੰਦੀਆਂ ਸੀ ਰਾਹਗੀਰਾ ਕੇ ਰਹਿ ਲੈਂਦਾ ਸੀ ਕੋਈ ਇਹੋ ਜਿਹਾ ਕੁਛ ਪਿੰਡਾਂ 'ਚ ਸੀਗਾ ਕਿਤੇ ਦੇਖਿਆ ਇੱਥੇ ਉਹ ਨਹੀਂ ਜੀ ਇੱਥੇ ਮੈਂ ਦੇਖਿਆ ਉਹਦਾ ਪਰ ਇੱਦਾਂ ਨਾ ਜਿਉਂ ਕੇ ਸੈਂਟਰ ਰੂਮ ਕਹਿ ਦਿੰਦੇ ਆ ਤੁਸੀਂ ਸਸਤਾ ਕਮਰਾ ਲੈ ਸਕਦੇ ਜਿਉਂ ਸੈਂਟਰ ਰੂਮ ਬਣਾਏ ਹੁੰਦੇ ਜੀ ਜਿਹਦਾ ਸਟੂਡੈਂਟ ਆ ਕਿਸੇ ਸ਼ਹਿਰ 'ਚ ਗਏ ਆ ਉਹ ਸਾਡੇ ਸ਼ਹਿਰ 'ਚ ਹੈਗਾ ਆ ਜਿੱਦਾਂ 10-20 ਰੁਪਈਏ ਕਿਰਾਇਆ ਦੇ ਕੇ ਰਾਤ ਦਾ ਰਹਿ ਸਕਦੇ ਆ ਅੱਛਾ ਜਿਉਂਗ ਸੈਂਟਰਮ ਹਾਂਜੀ ਸੈਂਟ ਜਿਉਂਗੇ ਕਹਿੰਦੇ ਜੀ ਯੰਗ ਬੰਦਿਆਂ ਨੂੰ ਤਾਂ ਕੁੜੀਆਂ ਨੂੰ
ਸੈਂਟਰ ਰੂਮ ਕਹਿੰਦੇ ਉਹਨਾਂ ਲਈ ਸੈਂਟਰ ਬਣਾਇਆ ਆ। ਅੱਛਾ ਵੀ ਜੇ ਯੰਗ ਬੱਚੇ ਆਉਂਦੇ ਆ ਹਜੇ ਉਹਨਾਂ ਕੋਲ ਸੋਰਸਿਸ ਨਹੀਂ ਹੈਗੇ, ਪੈਸੇ ਟਕੇ ਨਹੀਂ, ਰਹਿ ਸਕਦੇ ਆ। ਇਹ ਕੀ ਹੈ ਜੀ? ਇਹ ਇਹਨਾਂ ਦਾ ਕਿਰਖਾ ਆ ਜੀ, ਗਿਰਜਾ ਘਰ ਜਿਹਨੂੰ ਕਹਿ ਦਿੰਦੇ ਆ ਜੀ, ਇਹ ਕਿਰਖਾ ਕਹਿੰਦੇ ਇਹਨੂੰ ਗਿਰਜਾ ਘਰ ਨੂੰ। ਇਹ ਜਿਹੜੀਆਂ ਨਾ ਦੋ ਲੜਾਈਆਂ ਜੇ ਜੰਗਾਂ 'ਚ ਬੰਦੇ ਸ਼ਹੀਦ ਹੋਏ ਹੋ ਇਸ ਏਰੀਏ ਦੇ ਆ, ਸ਼ਹਿਰ ਦੇ, ਉਹਨੇ ਸਾਰਿਆਂ ਦੇ ਨਾਂ ਲਿਖੇ, ਉਹ ਰਾਈਟਰ ਕਹਿ ਦਿੰਦੇ ਉਤਲੇ ਜਿਹੜਾ ਪੱਥਰ ਦਾ ਬਣਾਇਆ ਆ। ਅੱਛਾ ਵੀ ਇਹਦੀ ਜੰਗ ਦੀ ਨਿਸ਼ਾਨੀ ਆ ਇਹ, ਸੂਰਬੀਰ ਯੋਧਾ ਖੜਾ ਉੱਤੇ। ਹਾਂ 1900 ਜਾਂ ਹਿਟਲਰ ਦੀ ਦੂਸਰੀ ਵਰਲਡ ਵਾਰ ਹੋਈ ਆ ਜਿਹੜੀ 1939 ਤੋਂ ਲੈ ਕੇ 45 ਤੱਕ ਚੱਲੀ ਸੀ ਉਹ। ਆ 14 ਤੋਂ 18 ਅਤੇ 39 ਤੋਂ 45। ਹਾਂਜੀ ਇਹ ਲਿਖਿਆ ਉਨਸਰੇ ਕਹਿੰਦੇ ਵੀ ਸਾਡੇ ਆ ਟੂਟ ਕਹਿੰਦੇ ਵੀ ਜਿਹੜੇ ਮਰੇ ਆ ਸਾਡੇ ਮਰਿਆਂ ਦਾ ਇਹ ਨਾਂ ਆ ਕਹਿੰਦੇ ਟੋਡਨ ਲਿਖਿਆ ਜੀ, ਟੋਡਨ ਉਨਸਰਾ ਟੋਡਨ, ਜਾਣੀ ਕਿ ਇਹਨਾਂ ਦੇ ਜਿਹੜੇ ਸ਼ਹੀਦ ਕਹਿ ਸਕਦੇ ਬਹੁਤ ਬਚਨ ਕਹਿਤਾ ਟੋਡਨ ਸਾਡੇ, ਇਹਨਾਂ ਦੇ ਸ਼ਹੀਦ, ਜਾਣੀ ਸ਼ਹੀਦ। ਹਾਂਜੀ ਹਾਂਜੀ ਸੋ ਜਿਹੜੀ 18 ਪਹਿਲੀ ਅਤੇ ਦੂਜੀ ਵਰਲਡ ਵਾਰ 'ਚ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੀ ਯਾਦ 'ਚ ਲੱਗਿਆ ਹੋਇਆ, ਭਾਵੇਂ ਇਸ ਸ਼ਹਿਰ ਨੂੰ ਵਰਲਡ ਵਾਰ ਦਾ ਸੰਤਾਪ ਨਹੀਂ ਭੋਗਣਾ ਪਿਆ, ਪਰ ਫਿਰ ਵੀ ਇਹਦੇ ਫੌਜੀ ਤਾਂ ਉੱਥੇ ਸੀਗੇ, ਯੋਧੇ ਤਾਂ ਇੱਥੋਂ ਬਹੁਤ, ਯੋਧੇ ਬਹੁਤ ਗਏ। ਮੈਨੂੰ ਕਈ ਪੁਰਾਣੇ ਬਜ਼ੁਰਗ ਮਿਲਦੇ ਆ ਹੋਏ, ਉਹਨਾਂ ਦੇ ਜਿਹਨਾਂ ਦੇ ਫਾਦਰ ਸੀਗੇ ਜਾਂ ਜਿਹੜੇ ਹਿਟਲਰ ਦੀ ਫੌਜ ਵਿੱਚ ਵੀ ਸੀਗੇ। ਸੋ ਇਹ ਚਰਚ ਦੇ ਬਾਹਰ ਬਣਾਇਆ, ਜਾਣੀ ਕਿ ਕਿਰਖੇ ਦੇ ਬਾਹਰ ਬਣਾਇਆ ਹੋਇਆ ਹੈ ਇੱਕ ਯਾਦਗਾਰ। ਆਹ ਵੀ ਕੋਈ ਉਹ ਹਿਟਲਰ ਹੀ ਹੈ ਜਾਂ ਆਰ ਬੋਲ ਦੀ ਹਿਰਟ ਲਿਖਿਆ, ਹਿਟਲਰ ਆ ਹਾਂਜੀ ਉਹ ਹਿਟਲਰ ਨਹੀਂ ਹੈਗਾ, ਇੱਥੋਂ ਦਰਵਾਜ਼ਾ ਆ ਇਹਦਾ ਤਾਂ ਕੇਜੇ ਦਾ। ਅੱਛਾ ਇੱਧਰ ਦਰਵਾਜ਼ਾ ਇਹਦਾ ਜਿਹੜਾ ਮੈਂ ਕਿਤਾਬਾਂ ਤਾਂ ਮੈਨੂੰ ਇੰਨੀਆਂ ਪੜ੍ਹਦੀਆਂ ਠਾਲਣੀਆਂ ਨਹੀਂ ਆਉਂਦੀਆਂ। ਮੈਂ ਜੱਟ ਜ਼ਿਮੀਂਦਾਰੀ ਦਾ ਕੰਮ ਕਰਦਾ ਹਾਂ, ਜਿਹੜੀ ਕੁਦਰਤ ਦਿੰਦੀ ਉਹ ਖੇਤੀ ਆ, ਉਹ ਖੇਤੀ ਅਪਣਾਉਂਦਾ, ਬੀਓ ਕਹਿੰਦੇ ਉਹਨੂੰ, BIO ਦੇ ਨਾਲ ਸਾਡੇ ਬਾਇਓ ਕਹਿੰਦੇ, ਬਾਇਓ ਕਹਿ ਦਿੰਦੇ ਆ। ਉਹ ਫਿਰ ਜੱਟਾਂ ਨਾਲ ਮੇਰਾ ਮੋਹ ਪਿਆਰ ਬਹੁਤ ਆ, ਸੰਦ ਸਫੇੜਾ ਬਦਲਣਾ ਕਰਨਾ ਹੈ ਨਾ, ਉਹ ਫਿਰ ਮੈਂ ਉਹਨਾਂ ਨੂੰ ਪੁਰਾਤਨ ਸਮੇਂ ਦੀਆਂ ਬੁਝਾਰਤਾਂ ਗੱਲਾਂ, ਉਹਨਾਂ ਦੀ ਜਵਾਨੀ ਵਰ ਦੀਆਂ ਗੱਲਾਂ ਪੁੱਛਦਾ ਹੁੰਦਾ। ਉਹ ਕਹਿੰਦੇ ਅੱਜ ਤੋਂ 70-75 ਸਾਲ ਪਹਿਲਾਂ ਇੱਥੇ ਬਹੁਤੇ ਘਰਾਂ ਦੇ ਵਿੱਚ ਜਿਹੜੀ ਮਿਸ਼ਟ ਕਲੋ ਹੁੰਦੀ ਸੀ, ਮਿਸ਼ਟ ਕਹਿ ਦਿੰਦੇ ਜਿੱਦਾਂ ਸਟਰੋਹ ਹੁੰਦੀ ਆ, ਜਿੱਦਾਂ ਪਰਾਲੀ ਟੋਆ ਪੱਟਿਆ ਹੁੰਦਾ, ਉਹ 'ਚ ਸਾਰੇ ਘਰ ਦੇ ਨੇ ਮੈਦਾਨ ਪਾਣੀ ਜਾਈ ਜਾਣਾ, 2 ਹਫ਼ਤੇ ਬਾਅਦ ਉੱਤੇ ਪਰਾਲੀ ਸਿੱਟ ਦੇਣੀ। ਅੱਛਾ 2-3 ਸਾਲਾਂ ਬਾਅਦ ਫਿਰ ਉਹਨੂੰ ਖਾਲੀ ਕਰ ਦੇਣਾ, ਬਾਹਰ ਲੈ ਜਾਣਾ ਚੱਕ ਕੇ ਖਾਣਾ। ਉਦੋਂ ਪਹਿਲਾਂ ਜੇ ਹੈ ਨਾ, ਉਦੋਂ ਕੋਈ ਇਹ ਸ਼ਹਿਰਾਂ ਦੇ ਵਿੱਚ ਬਣਾਏ ਹੁੰਦੇ ਸੀਗੇ ਮਿਊਜ਼ਿਕ ਲਈ, ਬਾਹਰੋਂ ਬੰਦੇ ਆਉਣਾ ਗਾਣ ਵਜਾਣ ਕਰਨਾ, ਉਦੋਂ ਇੱਦਾਂ ਨਹੀਂ ਸੀ ਹੁੰਦਾ ਵੀ ਤੁਸੀਂ ਅੱਜ ਕੱਲ੍ਹ ਫਰਿੰਡਾਂ ਬਣਾ ਲਓ, ਹੱਥ ਫੜ ਲਓ ਕਿਸੇ ਦਾ। ਉਦੋਂ ਜਦੋਂ ਅੱਜ ਤੋਂ 70 ਸਾਲ ਪਹਿਲਾਂ ਜੇ ਕੋਈ ਕੁਆਰਾ ਮੁੰਡਾ ਆਪਣੇ ਘਰੇ ਕਿਸੇ ਦੀ ਕੁੜੀ ਲਿਆਉਂਦਾ ਸੀ ਨਾ, ਗੁਆਂਢੀ ਦੇਖ ਲੈਂਦਾ ਸੀ ਜੇ ਉਹ ਰਾਤ ਉੱਥੇ ਰਹਿ ਗਏ ਤਾਂ ਪੁਲਿਸ ਨੂੰ ਰਿਪੋਰਟ ਕਰ ਦਿੰਦੇ, ਬਗੈਰ ਵਿਆਹ ਤੋਂ ਕੁਆਰੀ ਕੁੜੀ ਇਹਨਾਂ ਦੇ ਰਾਤ ਰਹੀ ਤਾਂ ਉਹਨਾਂ ਨੂੰ ਜੁਰਮਾਨਾ ਸੀ। ਸੋ ਕਲਚਰ ਤਾਂ ਉਹੀ ਸੀ, ਸੇਮ ਹੀ ਸੀ, ਇਹ ਥੋੜ੍ਹਾ ਜਿਹਾ ਐਡਵਾਂਸ ਭੱਜੇ ਆ ਅਤੇ ਆਪਾਂ ਲੇਟ ਦਿਨੇ ਦਿਨੇ ਆਪਣੇ ਘਰ ਜਾਣਾ ਪੈਣਾ। ਪਹਿਲੀ ਗੱਲ ਤਾਂ ਇਕੱਲੀ ਆ ਨਹੀਂ ਸਕਦੀ, ਉਹਦੀ ਮਾਂ ਜਾਂ ਬਾਪ ਨਾਲ ਹੋਊਗਾ, ਜੇ ਮਾਂ ਬਾਪ ਨੇ ਇਜਾਜ਼ਤ ਦੇ ਦਿੱਤੀ ਉਹ ਸ਼ਾਮ ਦੇ 8 ਵਜੇ ਤੋਂ ਪਹਿਲਾਂ ਆਪਣੇ ਘਰ ਹੋਊਗੀ। ਦੂਸਰੀ ਗੱਲ ਇਹ ਸੀ ਵੀ ਜਦੋਂ ਕਿਤੇ ਕੁੜੀਆਂ ਮੁੰਡੇ ਮਿਲਦੇ ਕਿੱਦਾਂ ਸੀ, ਮੈਂ ਉਹਨੂੰ ਪੁੱਛਿਆ, ਉਹ ਕਹਿੰਦਾ ਸਾਡੇ ਸ਼ਹਿਰਾਂ ਦੇ ਵਿੱਚ ਮਿਊਜ਼ਿਕ ਇੱਕ ਸਿਸਟਮ ਰੱਖਿਆ ਹੁੰਦਾ ਇਹ ਗਾਉਣ ਵਜਾਉਣ ਦਾ, ਜਿਹੜਾ ਮੁੰਡੇ ਦੇ ਕੋਈ ਕੁੜੀ ਪਸੰਦ ਆ, ਮੁੰਡੇ ਨੇ ਉੱਥੇ ਮਿਲੇ ਚਿੱਪਾਂ, ਉੱਥੇ ਜਾ ਕੇ ਕਾਸੇ ਦੇ ਪੈਸੇ ਦੇਣੇ ਕਾਊਂਟਰ ਤੇ ਵੀ ਮੈਨੂੰ 2 ਚਿੱਪਾਂ ਦੇ ਦੇ, ਹੁਣ ਜਾ ਕੇ ਕੁੜੀ ਦੇ ਬਾਪ ਨਾਲ ਜਾਂ ਮਾਂ ਨਾਲ ਗੱਲ ਕਰਨੀ ਆ ਵੀ ਮੈਂ ਚਿੱਪਾਂ ਤੋਂ ਲਿਆ ਵੀ ਗਾਣਾ ਵਾ ਜਿਹੜਾ ਮੋਰਲਾ ਵੱਜਣਾ ਮੈਂ ਤੁਹਾਡੀ ਕੁੜੀ ਨਾਲ ਡਾਂਸ ਕਰ ਸਕਦਾ। ਉਹ ਡਾਂਸ ਕਰਦੇ ਕਰਦੇ ਇੱਕ ਦੂਜੇ ਨਾਲ ਖੁੱਲ ਜਾਂਦੇ ਸੀ, ਇੱਕ ਦੂਜੇ ਦੇ ਜਾ ਕੇ ਆਪਣੇ ਮਾਂ ਪਿਓ ਨਾਲ ਗੱਲ ਕਰ ਲੈਂਦੇ ਸੀ, ਜੇ ਸਹਿਮਤੀ ਸੀ ਤੇ ਉਹ ਮੰਨਦੇ ਸੀ, ਜੇ ਨਹੀਂ ਸਹਿਮਤੀ ਤਾਂ ਨਹੀਂ ਮੰਨਦੇ ਸੀ, ਕਿਉਂਕਿ ਹੁਣ ਇੱਥੇ ਵਿਚੋਲੇ ਨਹੀਂ ਪੈਂਦੇ, ਇਹ ਮਿਊਜ਼ਿਕ ਦੇ ਥਰੂ ਇੱਕ ਦੂਜੇ ਨਾਲ ਰਿਸ਼ਤੇ ਇੱਕ ਪਲੇਟਫਾਰਮ ਬਣਾਇਆ ਹੋਇਆ ਸੀ। ਹਾਂ ਬਹੁਤ ਬਹੁਤ ਕਮਾਲ ਦੀ ਜਾਣਕਾਰੀ ਹੈ ਜੀ। ਦੇਖੋ ਕਲਚਰ ਜੇ ਦੇਖੀਏ, ਅਖੀਰ ਅਸੀਂ ਕਹਿ ਦਿੰਦੇ ਹਾਂ ਪੱਛਮ ਸਾਡੇ ਤੋਂ ਐਡਵਾਂਸ ਆ, ਬਸ ਐਡਵਾਂਸ ਹੀ ਹੈ ਜੀ ਵੀ ਗਰਕ ਰਹੇ ਆ, ਇਹ ਥੋੜ੍ਹਾ ਜਿਹਾ ਪਹਿਲਾਂ ਗਰਕਣਾ ਸ਼ੁਰੂ ਹੋ ਗਏ, ਹੁਣ ਅਸੀਂ ਵੀ ਉੱਧਰ ਵੀ ਹਿੰਦੁਸਤਾਨ ਦਾ ਵੀ ਇਹੀ ਹਾਲ ਆ ਵੀ ਉੱਥੇ ਵੀ ਉਹੀ ਗਰਕਣਾ ਸ਼ੁਰੂ ਹੋ ਗਿਆ ਕਲਚਰ ਨੂੰ ਐਡਵਾਂਸ ਕਰਦੇ। ਪਰ ਚਲੋ ਚੰਗੀਆਂ ਗੱਲਾਂ 'ਚ ਐਡਵਾਂਸ ਹੋਣਾ ਕੋਈ ਮਾੜੀ ਗੱਲ ਨਹੀਂ, ਪਰ ਜਿਹੜਾ ਜਮਾਂ ਹੀ ਸੁਥਰੇ ਬਣ ਜਾਣਾ ਜਾਂ ਨੰਗੇ ਹੋਣ ਨੂੰ ਜੇ ਤੁਸੀਂ ਐਡਵਾਂਸ ਮੰਨਦੇ ਹੋ, ਉਹਨੂੰ ਅਸੀਂ ਕਿਤੇ ਨਾ ਕਿਤੇ ਉਹਨੂੰ ਸਦਾ ਹੀ ਉਹਦਾ ਇੱਥੇ ਦੁੱਖਦਾਈਆਂ ਬਹੁਤ ਬੁੜੀਆਂ ਬੁੱਢੜੀਆਂ ਜਿਹੜੀਆਂ ਆ ਮੇਰੇ ਨਾਲ ਬਹੁਤ, ਉਹਨਾਂ ਦੇ ਹੁਣ ਮਾਲਕਾਂ ਜਿਹਦਾ ਕੋਈ ਗੋਰਾ ਆ ਉਹਦੀ ਘਰ ਵਾਲੀ ਉਹਦੇ ਮੈਂ ਜਾਂਦੇ ਆਉਂਦੇ ਹਾਂ, ਮੈਂ ਜਾਂਦਾ ਉਹਨਾਂ ਬਹੁਤ, ਮੇਰਾ ਭਾਈਚਾਰਾ ਹੈ ਗੋਰਿਆਂ ਨਾਲ, ਡਾਕਟਰ ਵਕੀਲ ਜੱਜ ਬਹੁਤ, ਜਿਹੜਾ ਭਾਈਚਾਰਾ ਦੇਖਦਾ ਹੋਊਗਾ ਜਰਮਨ ਤੋਂ ਇਟਲੀ ਤੋਂ ਫਰਾਂਸ ਤੋਂ ਇੰਗਲੈਂਡ ਤੋਂ ਸਾਰੇ ਜਰਮ ਤੋਂ ਜਿੰਨੇ ਸਿੰਘ ਆ ਮੈਨੂੰ ਇੱਥੇ ਆਉਂਦੇ ਮੇਰੇ ਖੱਡੇ ਤੇ, ਉਹਨੂੰ ਪਤਾ ਮੈਂ ਖੇਤੀ ਦਾ ਕੰਮ ਕਰਦਾ। ਬਿਲਕੁਲ ਬਿਲਕੁਲ ਜਿਹੜਾ ਦੁਖਦਾਈਆਂ ਇੱਥੇ ਜਿਹੜੇ ਮੈਂ ਪੁਰਾਣੇ ਸ਼ਹਿਰ 'ਚ ਰਹਿੰਦਾ ਸੀ ਫਰਾਊ ਦਾ ਨਾਂ ਫੈਮਿਲੀ ਨਾਂ ਸੀ ਸ਼ੋਕ,
ਉਹਦਾ ਮੋਹਲਾ ਨਾਮ ਮੈਨੂੰ ਭੁੱਲ ਗਿਆ, ਉਹਦੇ ਬਾਪ ਉਹਨਾਂ ਨੂੰ ਇਹ ਕਹਿਤਾ ਸੀ ਵੀ ਤੈਂ ਮੇਰਾ ਕੰਮ ਕਾਰ ਹੀ ਕਰਨਾ ਆ, ਪਰ ਵੀ ਤੈਂ ਵਿਆਹ ਨਹੀਂ ਕਰਾਉਣਾ। ਹੁਣ ਆਪਣੇ ਬਾਪ ਦੇ ਬਚਨ ਮੰਨੇ, ਹੁਣ ਵਿਆਹ ਹੀ ਨਹੀਂ ਕਰਾਇਆ। ਹੁਣ ਤਾਂ ਚਲੋ ਮਰ ਗਏ ਸੀ 90 ਸਾਲ ਦੀ ਹੋ ਕੇ। ਇਹ ਇਸ ਤਰ੍ਹਾਂ ਦੀਆਂ ਜਿਹੜੀਆਂ ਗੱਲਾਂ ਖੜਨ ਵਾਲੇ ਬਚਨਾਂ ਖੜਨਾ ਪੈਂਦਾ ਆ ਜਵਾਨਾਂ ਦੇ ਮੁੱਲ ਸੀ। ਹਾਂਜੀ, ਇੱਥੇ ਹੱਲੇ ਵੀ ਤੁਹਾਡੇ ਕੋਲ ਟਾਈਮ ਨਹੀਂ ਹੈਗਾ, ਉਹੀ ਗੱਲ ਆ, ਜਿੰਦ ਛੋਟੀ ਸਿਆਪੇ ਜ਼ਿਆਦੇ, ਟਾਈਮ ਤਾਂ ਤੁਹਾਡੇ ਕੋਲ ਮਕਾਣੀ ਬਹਿਣ ਜੋਗਾ ਨਹੀਂ ਲੈ ਕੇ ਆਏ ਤੁਸੀਂ। ਇੱਥੇ ਮੇਰਾ ਬਹੁਤ ਪ੍ਰੇਮੀ ਆ, ਉਹਦੇ ਮੁੰਡੇ ਵੀ ਆ, ਵੱਡੇ ਆ ਮੇਰੇ ਤੋਂ, ਆਪਣਾ ਬਿਜ਼ਨਸ ਉਹਨਾਂ ਦਾ ਬਹੁਤ ਆ। ਉਹਨਾਂ ਦੀ ਮਾਂ ਮੈਨੂੰ ਦੱਸਦੀ ਹੁੰਦੀ ਆ, ਕਹਿੰਦੀ ਮੇਰਾ ਪੜ੍ਹਨਾ ਚਾਹੁੰਦੀ ਸੀ, ਮੇਰਾ ਭਰਾ ਕਹਿੰਦੀ ਹਿਟਲਰ ਦੀ ਫੌਜ 'ਚ ਮਾਰਿਆ ਗਿਆ, ਕਹਿੰਦੀ ਮੇਰੇ ਬਾਪ ਨੇ ਮੈਨੂੰ ਕਹਿ ਦਿੱਤਾ ਵੀ ਤੈਂ ਹੋਰ ਪੜ੍ਹਾਈ ਨਹੀਂ ਕਰਨੀ, ਤੈਂ ਖੇਤੀ ਦੇ ਕੰਮ ਕਰਨਾ। ਮੈਂ ਆਪ ਉਹ ਕਹੀ ਵਾਹੁੰਦੀ ਵੇਖੀ ਆ, ਮੈਂ ਆਪ ਵੇਖੀ ਉਹ। ਇੱਥੇ ਗਰੀਬੀ ਬਹੁਤ ਸੀ 70-75 ਸਾਲ ਪਹਿਲਾਂ, ਕਿਉਂਕਿ ਜੰਗਾਂ ਨੇ ਇਹਨੂੰ ਥੋਥਾ ਕਰਤਾ ਸੀ ਜਰਮਨ ਨੂੰ। ਮੈਂ ਉਹਨਾਂ ਨੂੰ ਪੁੱਛਿਆ ਵੀ ਤੁਸੀਂ ਬੋਲਦਾਣਾ ਅਤੇ ਘੋੜਿਆਂ ਨਾਲ ਖੇਤੀ ਕਰਦੇ ਸੀ, ਉਹਨਾਂ ਦੇ ਹਲ ਪਏ ਸੀ ਬੋਲਦਾਂ ਵਾਲੇ, ਅੱਜ ਤਾਂ ਆਪਾਂ ਲਾਦਮਾ ਹਲ ਹੁੰਦਾ ਮਗਰ ਤੁਰਨ ਵਾਲਾ। ਮੈਂ ਕਿਹਾ ਵੀ ਤੁਹਾਡੇ ਕੋਲ ਗੱਡੀ ਤਾਂ ਹੈ ਹੀ ਨਹੀਂ ਟਰੈਕਟਰ। ਉਹਨੇ ਫਿਰ ਮੈਂ ਦੱਸਿਆ, ਉਹ ਕਹਿੰਦੀ ਵੀ ਹਫ਼ਤੇ 'ਚ 2 ਮਾਰਕੀਟਾਂ ਲੱਗਦੀਆਂ ਸੀ ਸ਼ਹਿਰ 'ਚ, ਵੀ ਇੱਕ ਬੱਸ ਹੁੰਦੀ ਸੀ ਉਹ 'ਚ ਸੀਟ ਨਹੀਂ ਸੀ ਕੋਈ ਹੁੰਦੀ, ਤੁਹਾਨੂੰ ਲਾਊਡ ਇੱਕੋ ਹੀ ਹੁੰਦਾ ਸੀ, ਇੱਕ ਇੱਕ ਟੋਕਰਾ ਲਿਜਾ ਸਕਦੇ ਸੀ। ਹਾਂ, ਉਹ ਬੱਸ 'ਚ ਲੈ ਕੇ ਜਾਣਾ ਸਟੇਸ਼ਨ ਦੇ ਉੱਤੋਂ, ਫਿਰ ਸਿਰ 'ਤੇ ਰੱਖਣਾ, ਜਿਹੜੇ ਮਾਰਕੀਟ ਦੀ ਜਗ੍ਹਾ ਉੱਥੇ ਲਿਜਾ ਕੇ ਵੇਚਣਾ। ਇੱਥੇ ਸਟਰਗਲ ਬਹੁਤ ਕੀਤਾ ਹੈ ਲੋਕਾਂ ਨੇ 70-75 ਸਾਲ, ਹੁਣ ਤਾਂ ਚਲੋ ਇਹਦੇ ਨੁਖਾਰ ਹੋ ਰਿਹਾ। ਦੇਖੋ ਜੀ, ਦੁਨੀਆਂ ਦੇ ਬਹੁਤ ਸਾਰੇ ਮੁਲਕਾਂ 'ਚ ਘੁੰਮ ਆਏ ਹਾਂ ਅਤੇ ਹਜੇ ਵੀ ਸਾਰਾ ਦਿਨ ਅਕਾਲ ਪੁਰਖ ਅੱਗੇ ਅਰਦਾਸ ਕਰਦੇ ਹਾਂ ਵੀ ਸਾਰੀ ਦੁਨੀਆਂ ਦੇਖਣ ਦਾ ਬਲ ਬਖਸ਼ਣ ਹੋ ਸਾਨੂੰ। ਅਤੇ ਪਰ ਇੱਕ ਗੱਲ, ਅਸੀਂ ਰਾਹ 'ਚ ਆਉਂਦੇ ਕੱਲ੍ਹ ਵੀ ਮੈਂ ਅਤੇ ਮਨਪ੍ਰੀਤ ਗੱਲਾਂ ਕਰਦੇ ਆਉਂਦੇ ਸੀ ਵੀ ਉਹੀ ਮਿੱਟੀ ਆ, ਉਹੀ ਪਹਾੜ ਆ, ਉਹੀ ਇੱਟਾਂ, ਉਹੀ ਡਲੇ ਆ, ਉਹੀ ਸਭ ਕੁਛ ਆ, ਉਹੀ ਖੂਨ ਆ, ਉਹੀ ਮਾਸ ਆ। ਹਾਂਜੀ, ਅਤੇ ਕਲਚਰ ਵੀ ਕਿਤੇ ਨਾ ਕਿਤੇ ਜਾ ਕੇ ਉਹੀ ਆ। ਮੈਂ ਹੁਣ ਜੋ ਬਾਈ ਹੋਰਾਂ ਦੀ ਗੱਲ ਸੁਣ ਰਿਹਾ ਸੀ, ਮੈਂ ਕਿਹਾ ਵੀ ਸਾਡੇ ਵੀ ਤਾਂ ਦੜੂੰ ਦੜੂੰ ਵਾਲੀਆਂ ਟੋਇਲਟਾਂ ਹੁੰਦੀਆਂ ਸੀ, ਸਾਡੇ ਵੀ ਉਹੀ ਸਾਰਾ ਕੁਛ ਸੀ, ਨਿਸ਼ਾਨੇ ਲਾਉਂਦੇ ਹੁੰਦੇ ਸੀ। ਪਰ ਹੁਣ ਇੱਥੇ ਆ ਕੇ ਪਤਾ ਲੱਗਿਆ ਵੀ ਇਹ ਵੀ ਉਸੇ ਥਰੂ ਹੋ ਕੇ ਮਾਡਰਨ ਹੋਇਆ। ਸੋ ਆਓ ਆਪਾਂ ਨਾਲ ਨਾਲ ਨਜ਼ਾਰੇ ਲਈਏ ਪਿੰਡ ਦੇ, ਅਤੇ ਆਪਾਂ ਇੱਥੋਂ ਦਾ ਰੇਲਵੇ ਸਟੇਸ਼ਨ ਵੀ ਦਿਖਾਉਣਾ ਬਾਈ ਜੀ, ਜਿਹੜਾ ਹੁਣ ਵਧੂਣਕ ਆ। ਹਾਂਜੀ, ਆਪਾਂ ਫਿਰ ਇਹਦੀ ਗੇੜਾ ਮਾਰ ਕੇ ਜਾਂਦੀ ਆ ਜਿਹੜੀ ਮੇਨ ਗਲੀ ਆ। ਹਾਂਜੀ, ਇੱਧਰ ਆ ਪੱਥਰ ਦੇਖ ਲਓ ਜੀ ਕਿੰਨੇ, ਇਹ ਵੀ ਤਾਂ 400 ਸਾਲ ਪੁਰਾਣੇ, ਕਿਸੇ ਚੰਗੀ ਕਾਰੀਗਰਾਂ ਨੇ ਘੜਿਓ ਆ ਜੀ ਇਹ। ਦੇਖੋ ਸਮੂਥ ਕਿੰਨੇ ਆ, ਪਹਿਲੀ ਗੱਲ ਐਂ ਦੇਖੋ ਵੀ ਸੜਕਾਂ ਐਂ ਕਾਰਾਂ ਚੱਲਦੀਆਂ ਇਹਦੇ 'ਤੇ, ਇਹ ਨਹੀਂ ਹੈਗਾ ਠੇਡਾ ਵੱਜਣ ਨੂੰ ਆ ਕੋਈ, ਅਤੇ ਨਿਕਲ ਵੀ ਨਹੀਂ ਰਹੇ ਫਿਕਸ ਵੀ ਕਰ। ਇਹ ਡੂੰਘੇ 15 ਸੈਂਟੀਮੀਟਰ ਡੂੰਘੇ ਆ ਜੀ, ਥੱਲੇ ਜੂ ਵਾਂਗੂ ਬਣੇ ਹੋ ਆ, ਇਹਦਾ ਸਿਰੇ ਉੱਤੋਂ ਇੱਦਾਂ ਆ, ਥੱਲੇ ਇੱਦਾਂ ਗੋਲ ਆ, ਜਿੱਦਾਂ ਜੂ ਜਿੱਦਾਂ ਹੁੰਦੀ ਆ ਉੱਦਾਂ ਬਣੇ ਹੋਏ ਆ ਜੀ। ਓਕੇ, ਸੋ ਜਾਣੀ ਕਿ ਉਹਨੂੰ ਉਵੇਂ ਬਣਾਇਆ ਹੋਇਆ ਵੀ ਜਿਹਦੇ ਨਾਲ ਇਹ ਉੱਖੜ ਨਾ। ਹਾਂਜੀ, ਆ ਜਾਓ, ਇਹਦੀ ਚੱਲਦੇ ਹਾਂ। ਚਲੋ, ਆ ਬੀਹੀ ਦੇ ਵਿੱਚ ਹੀ ਜਾਂਦੇ ਹਾਂ। ਚਲੋ ਜੀ, ਆ ਬੀਹੀ ਥਾਂ ਜਾਂਦੇ ਹਾਂ, ਪਿੰਡ ਦੀ ਬੀਹੀ। ਹਾਂਜੀ, ਗਲੀ ਕਹਿ ਲਓ, ਆਪਣੇ ਤਾਂ ਬੀਹੀ ਰਹੂਗੀ ਬਾਈ। ਮੈਂ ਕਿਹਾ ਕਹਿੰਦੇ ਆ ਜਾ ਮੇਰੇ ਪਿੰਡ ਦੇ ਨਜ਼ਾਰੇ ਦੇਖ ਲੈ, ਇੰਡਿੰਗਣ ਵਿੱਚ ਲੋਕੀ ਮੌਜਾਂ ਮਾਣਦੇ ਜੀ, ਆਏ ਗਏ ਦੇ ਉੱਤੇ ਅੱਖੀਆਂ ਬਿਸ਼ਾਮ ਦੇ, ਓਏ ਆ ਜਾ ਮੇਰੇ ਪਿੰਡ ਦੇ ਨਜ਼ਾਰੇ ਦੇਖ ਲੈ। ਵਾਹ ਜੀ ਵਾਹ, ਤੁਸੀਂ ਬਾਈ ਮੇਰੇ ਪਿੰਡ ਦੇ ਨਜ਼ਾਰੇ ਦੇਖੋ। ਦੇਖੋ ਸਾਡੇ ਮੁਕੱਦਰਾਂ 'ਚ ਤੁਸੀਂ ਹੈਰਾਨੀ ਇਸ ਗੱਲ ਦੀ ਆ ਬਾਈ ਜੀ, ਆਪਾਂ ਜਿਹੜੀ ਵੀ ਅਕਾਲ ਪੁਰਖ ਕਿਵੇਂ ਸਦਾ 24 ਘੰਟੇ ਪਹਿਲਾਂ ਤੱਕ ਅਸੀਂ ਇੱਕ ਦੂਜੇ ਨੂੰ ਜਾਣਦੇ ਨਹੀਂ ਸੀ, 24 ਘੰਟੇ ਪਹਿਲਾਂ ਅਸੀਂ ਤੁਹਾਨੂੰ ਇੱਕ ਫੋਨ ਕਾਲ ਕੀਤੀ ਆ, ਅਤੇ ਉਹ ਰੂਹਾਂ ਦੇ ਮੇਲ ਸੀ, ਅਤੇ ਤੁਹਾਡਾ ਜਿਹੜਾ ਨਜ਼ਰੀਆ ਸੀ ਕਹਿਣ ਦਾ ਸਾਡੀ ਗੱਡੀ ਉਹਦੀ ਮੁੜ ਪਈ ਉੱਧਰ ਨੂੰ, ਕਿਉਂਕਿ ਪਤਾ ਹੀ ਲੱਗ ਜਾਂਦਾ ਬੰਦੇ ਨੂੰ ਵੀ ਕੌਣ ਬੰਦਾ ਕਿਵੇਂ ਤੁਹਾਨੂੰ ਬੁਲਾ ਰਿਹਾ ਜਾਂ ਕਿਵੇਂ ਕਰ ਰਿਹਾ। ਮੈਂ ਛੋਟੀ ਬਾਸਤਾ ਤੋਂ ਬਾਹਰੇ ਰਿਹਾ ਜੀ, ਘਰ ਦੇ ਭੀੜ ਪੈਂਦੀ ਰਹੀ ਪੁਰਾਤਨ ਸਮੇਂ ਦੇ ਵਿੱਚ ਜੀ ਜੀ ਜੀ, ਛੋਟੀ ਬਾਸਤਾ ਤੋਂ ਬਾਹਰ ਰਿਹਾ ਕਰਕੇ ਜਿਹੜੀ ਸੰਗਤ ਆ, ਜਿੰਨੇ ਵੀ ਲੋਕ ਨੇ ਜੀ ਜੀ, ਆਪਣਾ ਘਰ ਵੀ ਹੈ, ਖੱਡਾ ਵੀ ਸਾਰਾ ਉਹਨਾਂ ਦਾ ਹੀ ਆ ਜੀ, ਆਪਣਾ ਕੁਛ ਨਹੀਂ ਇੱਥੇ। ਨਹੀਂ ਨਹੀਂ ਨਹੀਂ, ਬਹੁਤ ਮੈਂ ਕਦੀ ਮਾਣ ਨਹੀਂ ਕੀਤਾ, ਮੈਂ ਆਪਣੇ ਆਪ 'ਚ ਰਹਿਣ ਵਾਲਾ ਬੰਦਾ ਹਾਂ, ਕਿਸੇ ਨੂੰ ਕਦੀ ਗਮਰਾਹ ਨਹੀਂ ਕੀਤਾ। ਐਵੇਂ ਆਪਾਂ ਫਕਰ ਨਾ ਕਹੀਦਾ, ਨਾ ਨਿਹੰਗ ਸਿੰਘ ਹੈ, ਜਿੱਥੇ ਮਰਜ਼ੀ ਯੂਰਪ 'ਚ ਪੁੱਛ ਲਿਓ ਬਾਈ ਜੀ ਜੀ ਜੀ। ਹਾਂ, ਜਾਂ ਬੰਦੇ ਦੀਆਂ ਕਰੈਕਟਰ ਮਾੜਾ ਹੈ ਤਾਂ ਆਪਣਾ ਨਾਂ ਨਾ ਦੱਸੇ, ਜੇ ਕਰੈਕਟਰ 'ਤੇ ਮਾਣ ਤਾਣਿਆ ਤਾਂ ਆਪਣਾ ਨਾਂ ਦੱਸੇ, ਕੱਲ੍ਹ ਨੂੰ ਕੋਈ ਗਾਲਾਂ ਵੀ ਕੱਢ ਸਕਦਾ। ਨਹੀਂ, ਮੈਂ ਦਰਸ਼ਕਾਂ ਨੂੰ ਥੋੜ੍ਹਾ ਫੇਰ ਦੱਸਦੇ ਹਾਂ, ਦਰਸ਼ਕਾਂ ਨੂੰ ਅਸੀਂ ਗੱਲ ਦੱਸ ਰਹੇ ਹਾਂ ਵੀ 24 ਘੰਟੇ ਪਹਿਲਾਂ ਤੱਕ ਸਾਡੀ ਕੋਈ ਜਾਣ ਪਛਾਣ ਨਹੀਂ ਸੀ, ਕੁਛ ਵੀ ਗੱਲ ਨਹੀਂ ਸੀ। ਚਲੋ, ਬਾਜਵਾ ਸਾਹਿਬ ਮੇਰੇ ਨਾਲ ਬਹੁਤ ਪਹਿਲਾਂ ਤੋਂ ਜੁੜੇ ਹੋਏ ਸਨ, ਸਰਦਾਰ ਬਲਦੇਵ ਸਿੰਘ ਬਾਜਵਾ, ਪੰਜਾਬ ਮੀਡੀਆ ਪੰਜਾਬ ਤੋਂ, ਅਤੇ ਬਹੁਤ ਪਹਿਲਾਂ ਤੋਂ ਉਹਨਾਂ ਦੇ ਅਖਬਾਰ ਲਈ ਚਲੋ ਮੈਂ ਵੀ ਲਿਖਦਾ ਆ ਰਿਹਾ, ਉਹ ਮੈਨੂੰ ਛਾਪਦੇ ਸੀ, ਮੈਨੂੰ ਬੜਾ ਖੁਸ਼ੀ ਹੁੰਦੀ ਸੀ ਜਦੋਂ ਜਰਮਨ 'ਚ ਮੈਂ ਛਪਦਾ ਸੀ। ਤਾਂ ਉਹਨਾਂ ਨੂੰ ਜਦੋਂ ਮੈਂ ਕਿਹਾ ਵੀ ਅਸੀਂ ਖੇਤੀ ਨਾਲ ਸੰਬੰਧਿਤ ਪ੍ਰੇਮੀਆਂ ਨੂੰ ਮਿਲਣਾ ਜੋ ਖੇਤੀ ਪ੍ਰੇਮ ਕਰਦੇ ਆ, ਤਾਂ ਉਹਨਾਂ ਨੇ ਜੀ ਇਹਨਾਂ ਦਾ ਨਾਂ ਨੰਬਰ ਸਾਨੂੰ 2-3 ਦਿਨ ਪਹਿਲਾਂ ਭੇਜਤਾ ਸੀ, ਪਰ ਕੱਲ੍ਹ ਸੁਬਾਹ ਤੱਕ ਅਸੀਂ ਇੰਨੇ ਕੁ ਬਿਜ਼ੀ ਸੀ ਕਿਤੇ ਵਿਆਹ 'ਚ, ਅਤੇ ਅਸੀਂ ਨਹੀਂ ਕੋਈ ਗੱਲ ਕਰ ਸਕੇ। ਕੱਲ੍ਹ ਜਦੋਂ ਅਸੀਂ ਨਿਕਲਦੇ ਹਾਂ ਨਿਊਮਾਰਕ ਦੇ ਵਿੱਚੋਂ, ਸਾਨੂੰ ਕੋਈ ਪਤਾ ਨਹੀਂ ਕਿੱਧਰ ਨੂੰ ਜਾਣਾ, ਅਸੀਂ ਫੋਨ ਲਾਇਆ ਬਾਈ ਜੀ ਨੂੰ, ਅਤੇ ਬਾਈ ਜੀ ਆਹਦੇ ਕਹਿੰਦੇ ਹਾਂਜੀ ਮੈਂ ਮੇਰੇ ਕੋਲ ਆ ਗਈ ਹੈ ਤੁਹਾਡੀ, ਤੁਹਾਨੂੰ ਦੱਸਣ ਦੀ ਲੋੜ ਨਹੀਂ ਪਛਾਣ, ਅਤੇ ਤੁਸੀਂ ਇਹ ਕਰੋ ਵੀ ਮੇਰੇ ਕੋਲ ਆ ਜਾਓ,
मैं हजे थोड़ा जहा कहा मैं बई जी भी देखते हैं अभी सोचते हैं मैनू आते मर्द नहीं होएगा जे ना आएगा हूँ मर्द की जबान आना ही पौगा बस फिर साढ़े को रहन कख ही नहीं रहा कहू असी मोड़ी गड्डी पहुँच गए बई होर को हूँ रात के बई होर की मेजबानी का नज़ारा लै रहे हूँ पिंड का नज़ारा लै रहे भाई मेरी सेहत है ना दो ढाई साल तो बाली मस्तानी हुई आ लत मैं तद आ भार आ लत से भार ज्यादा दिना रात भी देखा लत की सोच देखो गड्डी आई ठीक है जद मैं पता लगा भी मेरे चंगे दोस्त के प्रेमी आ रहे मैं यार हूँ तो भावा फौड़िया ना तुरा भी आया टाइम जरूर देना थोड़ा भी जी आया दिल दिन कर आई तो बड़ा ही धन्यवाद कर देखो सू होर नहीं कोई डर सानू होर कोई डर नहीं सीगा इत्थे आउण दा असी राह चाउंदे इक्को गल तो डरी आउंदे सी जो तुसी बार बार कहिंदे ना आपां रगड़ा लावांगे ते खड्डा साडे दिमाग जिहड़ी ओह डर जिहा लग्गिया वी असी कहे यार भाई इक मन दा माहौल जिहा नहीं हुंदा सहम जिहा ओह नहीं जी गल इदां आ जी मैं निहंग सिंह की बहुत संगत की बाबा दया सिंह की सुर सिंह वालिया की बाबा बिशन सिंह की भी सेवा की इसी करके मैं निहंग सिंह रहा करके उत्थे निहंग सिंह रहा जी जी पहला मेरी वास्ता भी इंडिया च होर सी हाँ जी गुरुद्वारे कार सेवा वालिया के नाल भी रहा गजा भी की नंगे पैरी रहा क्योंकि एक मर्यादा होंगी भी चमड़ा नहीं पाना लंगर आ है ना बिल्कुल इस करके फिर हूँ मैं सुनहरा सलोत्र रखे आ खूह से हूँ गर्मी से 32-33 ग्राड हो जाती है फिर रगड़ा भी पा लिना रगड़े तो डर गए अकाल पुरख ने कर्म च रगड़े लाने लगा रगड़े भी इन्नी जल्दी बंदा मैं पैरां तो जिंदगी च नहीं चकदा जिहड़ा बाला यत करे वह तो सारे नूं पता मैं कौड़ा भी बहुत आ भाई आपां किसे ते लागू नहीं कीती अपनी कट्टड़ता जिंदगी च भाई जी जी नहीं तुसीं अपनी कट्टड़ता किसे ते लागू करदे हो थोड़ी फिर गरारी के दंदे टुटने टुटने भाव रिश्तेदारी थोड़ी टुटनी है बिल्कुल बिल्कुल मैं उदा भी अपनी मौत च रहने वाला बंदा है जी जी हाँ बस अपनी मौत च रहना कितने जाता उन्हें भी बहुत घट आ जी नहीं नहीं देखो हाँ। जी असी इस टाइम बाई के पिंड दलिया घूम रहे हैं सुबह का टाइम आ तो इतों बाद बाई दे जाना आप खेत तो खेती भी बाई ने वेखले ढंग की करते उस बारे खेती की नॉलेज भी बाई होरों तो लैनी आ साडा मकसद सिर्फ तो सिर्फ एक ही हुंदा साडे दर्शकों लिए भी जे कुछ असी देखिया वो तुहानू दिखाईए जे कुछ असी सिखिया तो तुहानू सिखाईए सो इन्ने एक मकसद नाल ही चल रहा है देखो जी कंध दी इट्टां दी दीआं तुहानू हाँ जी हाँ जी दुनिया नू दिखाण लई पंचायत घर ने इत्थे मकान नहीं बण दित्ता जी उहदी उह दिख दिसणी चाहीदी आ भई पहला साडा शहर सब तो पुराना शहर है जी जनमन दे विच इह बहुत सोहना उमें भीड़िया गलिया चौड़िया गलिया उमें डिजाइन आ पिंड दा जिवें जिवें बसिया होना ਸਾਡੇ ਤਾਂ ਇਹ ਬਾਲੇ ਤੇ ਖੋ ਰਹੇ ਨੇ ਵੱਡਿਆ ਬਾਲੇ ਤੇ ਕਰਦੇ ਹੋ ਦੇਖਿਆ ਨਹੀਂ ਤੇ ਕਿੱਦਾਂ ਇਦਾਂ ਲੰਘਦੇ ਹੱਥ ਚੱਕੇ ਜਾਂਦੇ ਆ ਨਹੀਂ ਨਹੀਂ ਇਹ ਗੱਲ ਬਹੁਤ ਵਧੀਆ ਇਹ ਸ਼ਾਪਿੰਗ ਮਾਲ ਆ ਤੁਹਾਡਾ 1737 ਦਾ ਬਣਿਆ ਹੈ ਜੀ ਘਰ ਆਹ ਦੇਖ ਲਓ ਉੱਤੇ ਲਿਖਿਆ ਇਹ ਜਿਹੜਾ ਵਿਚਾਲੇ ਡਿਜ਼ਾਈਨ ਜਿਹਾ ਬਣਾਇਆ ਚਾਕੂ ਤੇ ਕੋਈ ਇੱਕ ਇੱਕ ਫਰਮਾ ਹੁੰਦੀਆਂ ਜੀ ਉਹਨਾਂ ਦੇ ਲੋਗੋ ਹੁੰਦੇ ਸੀ ਅੱਗੇ ਉਸ ਟਾਈਮ ਦਾ ਲੋਗੋ ਇਦਾਂ ਉਹ ਫਿਰ ਨੈਟ ਤੇ ਜਾ ਉਹਦਾ ਨੈਟ ਤਾਂ ਹੁੰਦੇ ਜਿਹਦੇ ਪਤਾ ਹੁੰਦਾ ਸੀ ਲੋਕਾਂ ਨੂੰ ਇਹਦਾ ਨਾ ਦੀਵੇ ਦੂਵੇ ਜਿੱਦਾਂ ਬਣਾਉਂਦੇ ਆਪਣੇ ਘਮਾਰ ਹਾਂਜੀ ਇੱਥੇ ਮਿੱਟੀ ਦੇ ਬਰਤਨਾਂ ਦੇ ਵੀ ਥੱਲੇ ਇੱਕ ਹੱਥ ਦੇ ਨਾਲ ਇਹ ਆਪਣਾ ਉਹ ਜੋ ਵੀ ਬਹੁੰਦੇ ਸੀ ਉਹਦਾ ਲੋਗੋ ਬਣਾ ਦਿੰਦੇ ਸੀਗੇ ਜੀ ਅੱਗੇ ਇੱਥੇ ਬਾਈ ਮੈਂ ਦੇਖਿਆ ਸਾਈਕਲ ਚਲਾਉਣਾ ਤੇ ਤੁਰਨਾ ਵੀ ਲੋਕ ਬਹੁਤ ਪਸੰਦ ਕਰਦੇ ਸੀ ਇਹ ਯਾਰ ਮੈਂ ਤਦੇ ਤਾਂ ਫਿੱਟ ਫਾਟ ਰਹਿੰਦੇ ਆ ਲੋਕ ਹਾਂ ਬਹੁਤ ਸਾਈਕਲ ਚਲਾਉਂਦੇ ਆ ਤੁਹਾਨੂੰ ਸਾਈਕਲ ਤੇ ਆਮ ਹੀ ਦੁਨੀਆ ਮਿਲ ਜੂਗੀ ਹਾਂਜੀ ਹਾਂਜੀ ਗੋਲ ਬਰਾਂਡਾ ਪਾਇਆ ਹੋਣਾ ਕਿਸੇ ਨੇ ਸ਼ੌਂਕ ਨਾਲ ਕਿਸੇ ਟਾਈਮ 'ਚ ਵਧੀਆ ਲੋਕ ਨੇ ਆ ਜੀ ਇਹ ਬਹੁਤ ਤੁਹਾਨੂੰ ਆਪਾਂ ਸਿੱਧੇ ਚੱਲਦੇ ਹਾਂ ਤੁਹਾਨੂੰ ਦਿਖਾਲਦੇ ਹਾਂ ਇੱਥੇ ਪੁਲਿਸ ਸਟੇਸ਼ਨ ਅਤੇ ਨਾਲੇ ਦਿਖਾਲਦੇ ਪੰਚਾਇਤ ਘਰ ਹਾਂਜੀ ਰੇਲਵੇ ਸਟੇਸ਼ਨ 'ਤੇ ਉਹ ਆਪਾਂ ਉੱਥੇ ਨਿਕਲ ਜਾਣਾ ਜੀ ਆਪਾਂ ਬਸ ਠੀਕ ਹੈ ਜੀ ਹਾਂ ਆਹ ਸਾਡਾ ਮੇਨ ਸੜਕ ਹੈ ਜੀ ਸਾਡੀ ਇਹ ਮੇਨ ਬਾਜ਼ਾਰ 'ਚ ਆ ਗਏ ਮੇਨ ਜੀ ਹਾਂਜੀ ਠੀਕ ਹੈ ਜੀ ਇੱਧਰ ਦੋਨੇ ਪਾਸੇ ਨਿਗਾਹ ਮਾਰ ਦਿਓ ਜੀ ਮੇਨ ਬਾਜ਼ਾਰ ਦੀ ਦੇਖੋ ਧੁਰਤਾਂ ਹੀ ਇੱਧਰ ਇੱਧਰ ਵੀ ਗੇਟ ਆ ਇੱਧਰਲੇ ਪਾਸੇ ਸੀ ਇੱਧਰ ਗੇਟ ਆ ਗੇਟ ਉਹਦੇ ਪਿਛਲੇ ਪਾਸੇ ਹੈ ਇੱਧਰਲੇ ਪਾਸੇ ਗੇਟ ਆ ਸੱਜਣਾ ਅੱਛਾ ਅੱਛਾ ਗੇਟ 'ਚੋਂ ਜਿਵੇਂ ਦਰਵਾਜ਼ੇ ਅੱਗੇ ਪਿੰਡਾਂ 'ਚ ਵੀ ਹੁੰਦੇ ਸੀ ਸ਼ਹਿਰਾਂ 'ਚ ਵੀ ਹੁੰਦੇ ਸੀ ਵੀ ਗੇਟ ਦਾ ਪਿੰਡ ਦਾ ਦਰਵਾਜ਼ਾ ਉਹੀ ਚੀਜ਼ ਹੀ ਹੈ ਜੀ ਬਾਈ ਮਿੰਟੂ ਮੱਲਾ ਤੂੰ ਵੀ ਬਹੁਤ ਕਰਮ ਵਾਲਾ ਆ ਮੈਨੂੰ ਬਹੁਤਿਆਂ ਨੇ ਕਿਹਾ ਸੀ ਵੀ ਅਸੀਂ ਕੈਮਰੇ ਲੈ ਕੇ ਆਉਣਾ ਵੀ ਜੇ ਤੇਰੀ ਖੇਤੀ ਦੀ ਵੀਡੀਓ ਬਣਾਉਣੀ ਆ ਮੈਂ ਪੈਰ ਨਹੀਂ ਲਾਏ ਬਸ ਫਿਰ ਸਾਡੇ ਮੈਂ ਇੱਦਾਂ ਆਇਆ ਵੀ ਜਾਣੀ ਕਿ ਮੈਂ ਕਦੀ ਇੱਦਾਂ ਕੈਮਰੇ ਦੇ ਗਾੜੀ ਆਇਆ ਨਹੀਂ ਹੈ ਠੀਕ ਆ ਕਿ ਨਹੀਂ ਅਕਾਲ ਪੁਰਖ ਨੇ ਸਾਡੀ ਡਿਊਟੀ ਲਾਈ ਸੀ ਤੇ ਇੱਕ ਮੈਨੂੰ ਸ਼ੌਂਕ ਨਹੀਂ ਹੈਗਾ ਕੋਈ ਏਡਾ ਵੀ ਮੰਤਰੀ ਸੰਤਰੀ ਹੋਵੇ ਵੀ ਕਿਸੇ ਨਾਲ ਫੋਟੋ ਖਿਚਾਉਣ ਦਾ ਸ਼ੌਂਕ ਇੱਕ ਬੰਦੇ ਨਾਲ ਹੀ ਆ ਉਹ ਫਰੈਂਕਫੋਰਟ ਰਹਿੰਦਾ ਮੇਰਾ ਭਾ ਕਮਲਜੀਤ ਸਿੰਘ ਰਾਏ ਬਸ ਉਹਨੂੰ ਜੱਫੀ ਪਾ ਕੇ ਫੋਟੋ ਜ਼ਿੰਦਗੀ 'ਚ ਖਿਚਾਉਂਦਾ ਹੋਰ ਕਿਸੇ ਨਾਲ ਫੋਟੋ ਨਹੀਂ ਖਿਚਾਉਂਦਾ ਮੈਂ
क्योंकि मैं आप तो वध किसी नूं समझदा नहीं दिल मिलिआं दे मिले जदों तुसीं आप तो वध किसी नूं समझदे हो तो बंदे नूं इज्जत नहीं पचदी बंदा सत्कार करदा हुंदा दूआ बंदा उहनूं फिर कहिंदा लिफदा इहनूं होर लिफा दे होर लिफा दे हां इस करके फिर गल हाँ को बजुर्ग मिलदा उहनां ते गोडी हथ लाईदा नमस्कार करके मिलदा वडेरिआं नूं जी 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 हाँ जी हाँ जी गड्डी आ की हुंदा बर बर्गर हाउस ਇਹ ਬੁਰਗਰ ਹਾਊਸ ਆ ਜੀ ਬੁਰਗਰ ਪੰਚਾਇਤ ਦਾ ਹਾਂਜੀ ਇਹ ਵੀ ਪੰਚਾਇਤੀ ਹਾਊਸ ਆ ਬੁਰਗ ਹਾਂਜੀ ਬੁਰਗ ਜਿੱਥੇ ਹੁੰਦਾ ਇਹ ਹਾਂਜੀ ਉਹਨਾਂ ਦਾ ਆ ਜੀ ਆਪਣਾ ਜੀ 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 ਉਹ ਦਫ਼ਤਰ ਆ ਜੀ ਦਫ਼ਤਰ ਆ ਪੰਚਾਇਤ ਦਾ ਹਾਂਜੀ ਤੇ ਇੱਥੇ ਵੋਟਾਂ ਪੰਚਾਇਤ ਦੀਆਂ ਕਿ ਆਪਣੇ ਵਾਂਗੂ ਉਵੇਂ ਜੇ ਕੀ ਪੂਰੀ ਹੁੰਦੀ ਅੜ ਫਸ ਇਹ ਜੀ ਘਰੇ ਭੇਜ ਦਿੰਦੇ ਪੇਪਰ ਚਿੱਠੀ ਅੱਛਾ ਜੀ ਤੁਸੀਂ ਟਿੱਕ ਮਾਰ ਕਰਕੇ ਉੱਥੇ ਜਾ ਕੇ ਚਿੱਠੀ ਪਾ ਆਉਣੀ ਆ ਚੱਲ ਜਾਣਾ ਆ ਹਾਂਜੀ ਤੇ ਬੰਡਾ ਕੋਈ ਕਿਸੇ ਟੀਮ ਦਾ ਬੰਡਾ ਬੰਡਾ ਹੀ ਨਹੀਂ ਕਰਨ ਦੀ ਲੋੜ ਪੈਂਦੀ ਬੰਡਾ ਬੁੰਡਾ ਕੋਈ ਨਹੀਂ ਪਾਉਣੀ ਨਾ ਪਾਓ ਪਾਉਣੀ ਆ ਤਾਂ ਪਾਓ ਨਹੀਂ ਉਹ 1509 ਦਾ ਬਣਿਆ ਆ ਉਹ ਦੇਖ ਲਓ ਗੇਟ ਮੂਹਰੇ ਗੇਟ ਦੇਖੋ ਕਿੱਡਾ ਵਧੀਆ ਲੱਕੜ ਇਹ ਗੇਟਾਂ ਦੀ ਤੋਕ ਤੁਸੀਂ ਬਹੁਤ ਵਧੀਆ ਕੁਐਸਚਨ ਕੀਤਾ ਇੱਥੇ ਆ ਬਈ ਸ਼ੇਰਾ ਇੱਥੇ ਸ਼ਾਮੇ ਨੂੰ ਆ ਹਾਂ ਇੱਥੇ ਖਲੋ ਬਈ ਇਹ ਗੇਟ ਜਿਹੜੇ ਨਾ ਡੱਡੇ ਰੱਖੇ ਆ ਅੱਗੇ ਹਰੇਕ ਘਰ ਦੇ ਵਿੱਚ ਪਸ਼ੂ ਹੁੰਦੇ ਸੀ ਜਿੱਦਾਂ ਇਹ ਤੁਹਾਨੂੰ ਇੱਥੇ ਮਿਲ ਗਿਆ ਆ ਗੇਟ ਹਨਾ ਇਹਦੇ ਉੱਤੇ ਆਪ ਰਹਿੰਦੇ ਹੁੰਦੇ ਸੀ ਮਾਲਕ ਥੱਲੇ ਬਾੜਾ ਹੁੰਦਾ ਸੀ ਪਸ਼ੂਆਂ ਦਾ ਫਿਰ ਪਿੰਡ ਵਾਲੇ ਲੋਕ ਜਿਹੜੇ ਹੁੰਦੇ ਸੀ ਸਵੇਰ ਨੂੰ ਡੋਲੂ ਲੈ ਕੇ ਇੱਥੋਂ ਦੁੱਧ ਲੈ ਕੇ ਜਾਂਦੇ ਹੁੰਦੇ ਆ ਤੋਂ ਤਾਜ਼ਾ ਚਵਾ ਕੇ ਚਵਾਈ ਦਾ ਇਸ ਕਰਕੇ ਇਹਦੇ ਵਿੱਚ ਪਰਾਲੀ ਨਘਾਉਣੀ ਗਾਈਆਂ ਨਘਾਉਣੀਆਂ ਉਹਨੇ ਫਿਰ ਇਹਨੂੰ ਢਾਇਆ ਨਹੀਂ ਢਾ ਕੇ ਰਿਪੇਅਰ ਕਰਕੇ ਤਾਂ ਇਹਨੂੰ ਦਰਵਾਜ਼ੇ ਜਿੱਦਾਂ ਦੇਖੋ ਨੀਵਾਂ ਦਰਵਾਜ਼ਾ ਕਿੰਨਾ ਥੱਲੇ ਆ ਭਰਤ ਪੈ ਗਈ ਭਰਤ ਪਾ ਕੇ ਫਿਰ ਇੱਦਾਂ ਹੀ ਰੱਖ ਲਏ ਆਹ ਦੇਖੋ ਆਹ ਦਰਵਾਜ਼ੇ ਦੀ ਲੱਕੜ ਦੇ ਵੀ ਦੇਖੋ ਗਾਈਆਂ ਦੇ ਤਬੇਲੇ ਆ ਇਹ ਆਹ ਲੱਕੜ ਦੇ ਹੱਥ ਮਾਰ ਕੇ ਦੇਖੋ ਜੇ ਇਹਦੇ ਹਾਂ ਇਹ 2606 ਇਹਦਾ ਨਹੀਂ ਸਮਝ ਆਇਆ ਉਹਦੇ 'ਤੇ ਤਾਂ 1593 ਆ ਪਰ ਆਹ ਜਿਹੜੀ ਲੱਕੜ ਦੇ ਮੇਖਾਂ ਦੇਖੋ ਮਨਪ੍ਰੀਤ ਪੁਰਾਣੀਆਂ ਮੇਖਾਂ ਹੁਣ ਕਿਹਦਾ ਲੋਗੋ ਆ ਜੇ ਹੁਣ ਆਪਾਂ ਨੂੰ ਵੀ ਇੰਨਾ ਤੱਕ ਥਾਲਣਾ ਨਹੀਂ ਆਉਂਦਾ ਇਹ ਕੀ ਦੇਖਿਆ ਜਿਹੜੀਆਂ ਮੇਖਾਂ ਵੀ ਉਸ ਟਾਈਮ ਦੀਆਂ ਹੱਥ ਇਹ ਮੇਖਾਂ ਜਿਹੜੀਆਂ ਲੋਹਾ ਢਾਲ ਕੇ ਲਾਈਆਂ ਬਾਈ ਗਾਂ ਨੂੰ ਲਿਆ ਕੇ ਗੱਲ ਕਰਦੇ ਹੱਥ ਦੀਆਂ ਬਣੀਆਂ ਹੁਣ ਜਿਹੜੀਆਂ ਮਾਡਰਨ ਮੇਖਾਂ ਲੱਗੀ ਹੋਈ ਇੱਥੇ ਦੋ ਉਹ ਦੇਖ ਲਓ ਉਹਦੀ ਮਰਿਆਦ ਉਹ ਦੇਖ ਲਓ ਨਿਕਲ ਵੀ ਗਈਆਂ ਆ ਨਿਕਲ ਗਿਆ ਉਵੇਂ ਲੱਗੀ ਹੋਈ ਆ ਬਹੁਤ ਫਰਕ ਹੈ ਲੱਕੜ ਵੀ ਦੇਖੋ ਕਿਵੇਂ ਜਿਵੇਂ ਉਹ ਹੋਈ ਹੋਈ ਆ ਹਾਂਜੀ ਇਹ ਇਹ ਫਿਰ ਇੱਦਾਂ ਨਾ ਇਹ ਜਿਹੜੇ ਉਹਨੇ ਆ ਦੇਸੀ ਆ ਜਿੱਦਾਂ ਛੋਟਾ ਆ ਇੱਥੇ ਹੋ ਸਕਦਾ ਰੈਨੋਵੇਸ਼ਨ ਹੋਈ ਹੈ ਇਹਨਾਂ ਨੇ ਦੱਸਿਆ 1987 'ਚ ਹੋ ਸਕਦਾ ਇੱਥੇ ਛੋਟਾ ਦਰਵਾਜ਼ਾ ਤਾਂ ਆਇਆ ਬੱਕਰੀਆਂ ਭੇਡਾਂ ਹੋਣਗੀਆਂ ਹਾਂ ਦੇਖੋ ਹੈਂਡਲ ਦੇਖਿਓ ਇਹ ਹੈਂਡਲ ਉਸ ਟਾਈਮ ਦਾ ਆ ਬਾਈ ਜੀ ਇਹ ਮੈਨੂੰ ਲੱਗਦਾ ਉਹ ਕੱਢਣ ਵਾਲੇ ਹੋਣਾ ਇਹ ਨਹੀਂ ਜੀ ਨਹੀਂ ਮੈਨੂੰ ਪੁੱਛੋ ਹਾਂਜੀ ਤੁਸੀਂ ਯਾਰ ਤੁਸੀਂ ਆਏ ਇਹ ਬਾਈ ਜੀ ਇਹ ਹੈਗਾ ਕੋਲੂ ਕੋਲੂ ਤੇਲ ਕੱਢਣ ਵਾਲਾ ਨਹੀਂ ਤੇਲੰਗੋਂ ਤੁਹਾਨੂੰ ਦੱਸਦਾ ਕੋਲੂ ਇਹਦਾ ਪੰਜਾਬੀ ਤਾਂ ਕਹਿਤਾ ਇਹਦੇ ਵਿੱਚ ਪਾ ਦਿੰਦੇ ਸੀਗੇ ਜੀ ਢੱਕਣ ਝੱਕ ਹੋ ਜਾਂਦਾ ਇੱਥੋਂ ਖੋਲ ਕੇ ਇਹ 'ਚ ਸੇਬ ਪਾ ਦੇਣੇ ਜਾਂ ਵਾਈਨ ਦਾ ਅੰਗੂਰ ਪਾ ਦੇਣੇ ਆ ਅੱਛਾ ਫਿਰ ਆ ਲੱਕੜਾਂ ਰੱਖ ਦੇਣੀਆਂ ਠੀਕ ਆ ਜੀ ਲੱਕੜਾਂ ਰੱਖ ਕੇ ਆਹ ਇਹਦੇ ਦੰਦੇ ਬਣੇ ਹੋ ਆ ਆਹ ਦੇਖੋ ਇੱਥੇ ਇੱਦਾਂ ਪੱਤੀ ਮਿਲਦੀ ਉਹਨੂੰ ਇੱਦਾਂ ਇਹਦੇ ਵਿੱਚ ਇਹਦੇ ਪਾ ਕੇ ਆਹਦੇ ਅੱਛਾ ਤੇ ਇਹਦੇ 'ਚ ਪਾ ਕੇ ਨਾ ਡੰਡਾ ਲੋਹੇ ਦਾ ਇੱਦਾਂ ਘੁਮਾਉਣਾ ਇਹਨੇ ਥੱਲੇ ਨੂੰ ਜਾਈ ਜਾਣਾ ਇਹਨੇ ਛੱਡ ਦੇਣਾ ਜਦੋਂ ਦਾ ਸਾਰਾ ਨਿਕਲ ਗਿਆ ਜੂਸ ਕੱਢਦਾ 2 ਘੰਟੇ ਬਾਅਦ ਫੇਰ ਕਰ ਦੇਣਾ ਫੇਰ ਕਰ ਦੇਣਾ ਜਦੋਂ ਇੰਨੀ ਕੁ ਤੈਅ ਰਹਿ ਗਈ ਇਹਦੀ ਪ੍ਰੈਸ ਹੋ ਗਏ ਸਾਰੇ ਪਤਾ ਲੱਗ ਗਿਆ ਵੀ ਹੁਣ ਗੁੱਦਾ ਰਹਿ ਗਿਆ ਤੇ ਫੇਰ ਹੀ ਨਹੀਂ ਇਹਨੂੰ ਖੋਲ੍ਹ ਕੇ ਦੁਬਾਰਾ ਫੇਰ ਭਰ ਆਹ ਕ੍ਰੈਸ਼ਰ ਇੱਥੋਂ ਦੀ ਸਾਰਾ ਆਮ ਜਿਹਾ ਜਿਵੇਂ ਆਟਾ ਇਹ ਪ੍ਰਾਤਨ ਸਮੇਂ ਦੇ ਜੱਟਾਂ ਦੇ ਜਿਹੜੇ ਆ ਇਹ ਕੋਲੂ ਨੇ ਹੱਥੀ ਹੱਥੀ ਇਹਨੀ ਮਿਹਨਤ ਬਹੁਤ ਕੀਤੀ ਹੈ ਇਹਨੀ ਹੱਥਾਂ ਦੇ ਨਾਲ ਇਹ ਕ੍ਰੈਸ਼ਰ ਇੱਕ ਕਿਸਮ ਦਾ ਆ ਬਾਈ ਮੈਂ ਚਲਾਇਆ ਸਾਡੇ ਗੋਰਿਆਂ ਕੋਲੇ ਆਪਣੇ ਘਰ ਦਾ ਜੂਸ ਬਣਾਉਂਦੇ ਫਿਫਰੇ ਫੜਾਉਣ ਲਾ ਦਿੰਦਾ ਹਾਂ ਸੌਖਾ ਕਿਤੇ ਘੁਮਾਉਣਾ ਜ਼ੋਰ ਤਾਂ ਲੱਗਣਾ ਹੀ ਆ ਇਹ ਮੈਂ ਕਈ ਥਾਂ ਤੇ ਪਏ ਦੇਖੇ ਬਾਈ ਇਸ ਤੇ ਚੱਲ ਉਹ ਤਾਂ ਵਾਹਿਗੁਰੂ ਦੀ ਕਿਰਪਾ ਜਿੰਦ ਤਾਂ ਮੇਰੇ 'ਚ ਵੀ ਹੈਗੀ ਆ ਜਿੰਨੀ ਕੁ ਹੈਗੀ ਪਰ ਉੱਦਾਂ ਮੈਂ ਤੋਂ ਫਿਫਰੇ ਆ 'ਚ ਸਾਹ ਭਰਦਾ ਇਹ ਆਹ ਪੁਲਿਸ ਸਟੇਸ਼ਨ ਆ ਜੀ ਸਾਡਾ ਇਹਨੇ ਵੀ 2-3 ਵਾਰੀ ਚਾਹ ਪਾਣੀ 'ਤੇ ਸੱਦਿਆ ਮੈਨੂੰ ਪਤੰਦਰਾਂ ਨੇ ਅੱਛਾ ਜੀ ਹਾਂ ਉਹ ਸ਼ੇਰ ਜਿਹੜੇ ਇਹਨਾਂ ਦੀ ਲੋਗੋ ਆ ਇਹ ਅੱਛਾ ਉਹ ਪੁਲਿਸ ਦੇ ਲੋਗੋ ਆ ਤਿੰਨ ਆ ਗੱਡੀ ਖੜੀ ਆ ਹਾਦੇ ਬਾਹਰ ਇਹਨਾਂ ਦੀ ਇਹ ਪੁਲਿਸ ਵਾਲਿਆਂ ਦੀ ਗੱਡੀ ਇਹ ਜੀ ਇਹਨਾਂ ਦੇ ਉਹ 4 ਨੰਬਰ ਵਾਲਾ ਸਾਡਾ ਨਵਾਂ ਪੰਚਾਇਤ ਘਰ ਬਣਿਆ ਆ ਅੱਛਾ ਇਹ ਨਵਾਂ ਪੰਚਾਇਤ ਘਰ ਹਾਂ ਇੱਥੇ ਹੁਣ ਸਾਡੀ ਜੋ ਵੀ ਸਰਕਾਰ ਘਰ ਦੀ ਕਰਾਉਣੀ ਹੋਵੇ ਇਹਨਾਂ ਦੇ ਜਿਹੜੇ ਘਰਾਂ ਦੇ ਨੰਬਰ ਜੇ ਵੀ 20 ਸਟਾਰ ਇਹ ਮੈਂ ਹਾਂ ਇਹ ਵੀ ਤੁਸੀਂ ਬਹੁਤ ਵਧੀਆ ਕੁਐਸਚਨ ਪੁੱਛਿਆ ਇਹ ਮੈਨੂੰ ਕਨਫਿਊਜ਼ ਕਰ ਰਿਹਾ ਸੀ ਇਹ ਮੈਂ ਤੁਹਾਨੂੰ ਦੱਸਦਾ ਇਹ ਇੱਕ ਧਰਮ ਜਿਹਦਾ ਇੱਥੇ ਧਰਮ ਆ ਜੀ ਜਿਹਦਾ ਸਾਡੇ ਵੀ ਬਹੁਤ ਬਣੇ ਹੋ ਆ ਇਹ ਵੀ ਘੱਟ ਨਹੀਂ ਹੈਗੇ ਇੱਥੇ ਕੋਈ ਬੰਮਾ ਮਾਰੀ ਆਇਆ ਕੋਈ ਜੋ ਜੋਹੋਬ ਆਇਆ ਕੋਈ ਫਗੇਲਿਸ਼ ਕੋਈ ਹੈਗੇ ਕਰਤੂਲਿਸ਼ ਆ ਉਹ ਇੱਕ ਧਰਮ ਵਾਲੇ ਆਉਂਦੇ ਘਰਾਂ ਦੇ ਵਿੱਚ ਬੱਚੇ ਜਾਂ ਨਵਾਂ ਸਾਲ ਚੜ੍ਹਦਾ ਫਿਰ ਇੱਦਾਂ ਲਿਖ ਕੇ ਆਹ ਚੱਲ ਜਾਂਦੇ ਬੋਰਡ ਜਾਂ 23 ਚੱਲ ਪਿਆ 200 ਜਾਂ 23 ਉਹ ਫਿਰ ਤੁਹਾਨੂੰ ਤੁਸੀਂ ਉਹਨਾਂ ਨੂੰ ਇੱਦਾਂ ਕਹਿੰਦੇ ਤੁਹਾਡੀ ਰੱਬ ਭਲਾ ਕਰੇ ਉਹਨੂੰ 5-4 ਰੁਪਈਏ ਦੇ ਦਿਓ
ਅੱਛਾ ਹਾਂ ਇਹ ਧਰਮ ਦੇ ਨਾਲ ਆ ਜੀ ਇਹ ਵੀ ਕਿਹੜੇ ਬਿਲੋਂਗ ਕਰਦੇ ਆ ਘਰ ਕਿਹੜੇ ਧਰਮ ਨੂੰ ਨਹੀਂ ਬਿਲੋਂਗ ਕਾਹਨੂੰ ਕਰਦਾ ਉਹ ਸਾਡੇ ਵੀ ਲਾ ਦਿੰਦੇ ਆ ਉਹ ਨਹੀਂ ਆਉਣਾ ਹੁੰਦਾ ਵੀ ਅਸੀਂ ਆਏ ਆ ਹਾਜ਼ਰੀ ਲਾ ਜਾਂਦੇ ਆਪਦੀ ਵੀ ਨਵਾਂ ਸਾਲ ਚੜਿਆ ਵੀ ਅਸੀਂ ਲੇਖਣ ਆਏ ਆ ਵੀ ਤੁਹਾਡੇ ਸੁੱਖਾਂ ਭਰਿਆ ਹੋਵੇ ਅੱਛਾ ਅੱਛਾ ਗ੍ਰੀਟਿੰਗਸ ਆ ਕਿਸਮ ਦੇ ਤੁਹਾਨੂੰ ਵਧਾਈਆਂ ਦੇ ਕੇ ਹਾਂ ਵਧਾਈਆਂ ਹਾਂ ਸੋ ਬਾਈ ਇੱਕ ਗੱਲ ਮੈਂ ਹੋਰ ਕਰਨੀ ਆ ਆਉਣ ਦੇ ਟਾਈਮ ਹੈਗਾ ਵਾਧੂ ਟਾਈਮ ਹੀ ਟਾਈਮ ਆਪਣੇ ਕੋਲੇ ਹੋਰ ਆਪਣੇ ਕੋਲੇ ਕੁਝ ਸਾਡੇ ਨਾ ਸਿੱਖ ਆ ਜਿਹੜੇ ਹਾਂਜੀ जे कोई अपना मंत्री या कोई भी बंदा किते मंदिर या मसीते चल जावे आलू बुखारे है आलू बुखारे डिगे पे है ना भाई ते उणी जी भाई जी हुण मंदिर चल गए टिक्का तो लाउणा ही आ हां जी हां जी हां जी है ना ਹੁਣ ਤੁਸੀਂ ਮਸੀਤੇ ਚਲੇ ਗਿਆ ਤੁਹਾਨੂੰ ਕੋਈ ਚਿੰਨ ਤਾਂ ਦੇਣਗੇ ਤੁਸੀਂ ਇੱਕ ਅਕਸਰ ਚਿਹਰਾ ਤੁਹਾਡਾ ਦੁਨੀਆ ਤੇ ਬਿਲਕੁਲ 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 ਜਿੱਦਾਂ ਹੁਣ ਆਪਣੇ ਦਰਬਾਰ ਸਾਹਿਬ ਰਾਣੀ ਗਈ ਸੀ ਦਿਆਨਾ ਜਾਂ ਟੂਡੋ ਟਰੂਡੋ ਹੁਣੀ ਆਉਂਦੇ ਆ ਉਹਨਾਂ ਨੂੰ ਆਪਾਂ ਸਰੂਪਾ ਦਿੰਦੇ ਹੀ ਆ ਹਾਂਜੀ ਹਾਂਜੀ ਬਿਲਕੁਲ ਬਿਲਕੁਲ ਬਈ ਆਪਣੇ ਬੰਦਾ ਜੇ ਕੋਈ ਸਿੱਖ ਕਿਸੇ ਹੋਰ ਧਰਮ ਚਲ ਜਵੇ ਨਾਲੇ ਕਹਿੰਦੇ ਸਾਡੇ ਚਾਰੇ ਦਰਵਾਜ਼ੇ ਸਾਂਝੀ ਆ ਜੇ ਉਹ ਕਿਸੇ ਹੋਰ ਧਰਮ ਚ ਚਲ ਜਵੇ ਬਈ ਉੱਤੇ ਕੇਂਤੂ ਬਹੁਤ ਕਰਦੇ ਆ ਮੈਂ ਕਈ ਵਾਰ ਟਿੱਕਾ ਇਹਨਾਂ ਲਵਾ ਲਿਆ ਇਹ ਤਾਂ ਪਹਿਲੇ ਦੇਣ ਤੋਂ ਬ੍ਰਾਹਮਣ ਆ ਫਲਾਨਾ ਆ ਬਈ ਗੋਰੇ ਤਾਂ ਪਛਾੜਾ ਵੀ ਨਹੀਂ ਧੋਂਦੇ ਉਹ ਜਾ ਕੇ ਦਰਬਾਰ ਸਾਹਿਬ ਮੱਥਾ ਟੇਕ ਕੇ ਸਰੂਪਾ ਦੇ ਜਾਂਦੇ ਤੁਸੀਂ ਦੇਖ ਲਓ ਮੈਨੂੰ ਹੁਣ ਇੱਥੇ ਨਾ ਜਿੱਦਾਂ ਸਾਡੇ ਅੰਮ੍ਰਿਤ ਛਕਾਉਂਦੇ ਆ 16 ਸਾਲ ਤੋਂ ਬਾਅਦ ਇੱਥੇ ਰੈਲੀ ਜੋਨ ਪੜ੍ਹਾਉਂਦੇ ਬੱਚੇ ਉਹ ਮੈਨੂੰ ਆਉਂਦੇ ਹੁੰਦੇ ਹੁਣ ਮੇਰਾ ਗੋਰਿਆਂ ਨਾਲ ਬਹੁਤ ਜ਼ਿਆਦਾ ਹੈ ਜੀ ਜੱਜ ਵਕੀਲ ਆ ਮੇਰੇ ਅੱਗੇ ਤੁਹਾਨੂੰ ਰਾਤੀ ਵੀ ਦੱਸਿਆ ਉਹ ਮੈਨੂੰ ਕਈ ਵਾਰ ਆਉਂਦੇ ਹੁੰਦੇ ਤੂੰ ਆਈ ਮੈਂ ਚਲਾ ਜਾਂਦਾ ਉਹ ਖੜਦੇ ਮੈਂ ਵੀ ਖੜ ਜਾਂਦਾ ਠੀਕ ਹੈ ਜੀ ਉਹ ਗੀਤ ਗਾਉਂਦੇ ਆਪਣੇ ਜੋ ਜੋ ਵੀ ਉਹ ਕੀਰਤਨ ਜੋ ਵੀ ਕਰਦੇ ਆ ਆਪਾਂ ਨੂੰ ਨਹੀਂ ਪਤਾ ਆਪਾਂ ਖਲੋ ਜਾਈਦਾ ਬਿਲਕੁਲ ਬਿਲਕੁਲ ਉਹ ਐਂਡ ਦੇ ਉੱਤੇ ਕੀ ਕਰਦੇ ਇੱਕ ਬਾਟਾ ਲੈਂਦੇ ਆ ਉਹ 'ਚ ਲਾਲ ਵਾਈਨ ਪਾ ਲੈਂਦੇ ਆ ਅਤੇ ਨਿੱਕੇ ਨਿੱਕੇ ਬਰੋਟ ਕੱਟ ਲੈਂਦੇ ਡਬਲ ਰੋਟੀਆਂ ਉਹ ਛਿੱਕੂ ਹੁੰਦਾ ਉਹ ਸਾਰਿਆਂ ਨੂੰ ਫਿਰ ਉਹ ਕਰਦੇ ਆ ਜਿੱਦਾਂ ਵੀ ਖਾਓ ਮੈਂ ਬਰੋਟ ਜਿਹੜਾ ਹੁੰਦਾ ਛਿੱਕੂ ਚੱਕ ਲੈਂਦਾ ਜਾਂ ਵਾਈਨ ਆਉਂਦੀ ਮੈਂ ਕਹਿੰਦਾ ਮੈਂ ਪੀਣੀ ਨਹੀਂ ਉਹ ਮੈਨੂੰ ਕਹਿੰਦੇ ਨਹੀਂ ਧੱਕੇ ਨਾ ਤੂੰ ਪੀ ਫਿਰ ਮੈਂ ਉਹਨਾਂ ਨੂੰ ਪੁੱਛਿਆ ਵੀ ਇਹ ਕਾਹਤੇ ਕਹਿੰਦੇ ਵੀ ਅੱਜ ਨਵੇਂ ਬੰਦੇ ਨੇ ਇਹ ਧਰਮ ਮੁੰਡੇ ਨੇ ਜਾਂ ਕੁੜੀ ਨੇ ਅਪਣਾਇਆ ਵੀ ਇਹ ਜੇਸੂਸ ਦਾ ਜਿਹੜਾ ਰੋਡ ਵਾਈਨ ਹੈ ਇਹ ਬਲੱਡ ਆ ਅਤੇ ਆਹ ਉਹਦੀਆਂ ਹੱਡੀਆਂ ਆ ਫਿਰ ਮੈਂ ਕਹਿੰਦਾ ਮੈਂ ਹੱਡੀ ਇੱਕ ਖਾ ਲੈਂਦਾ ਆ ਵੀ ਬਲੱਡ ਮੈਂ ਪੀਂਦਾ ਨਹੀਂ ਉਹ ਮੈਨੂੰ ਕੁਛ ਵੀ ਨਹੀਂ ਕਹਿੰਦੇ ਕੁਛ ਨਹੀਂ ਕਹਿੰਦੇ ਤੁਸੀਂ ਬਾਈ ਮੈਨੂੰ ਕਿਸੇ ਨੂੰ ਕੋਈ ਕੀ ਅਧਿਕਾਰ ਆ ਕਿਸੇ ਦੇ ਜੀਵਨ ਦੇ ਉੱਤੇ ਕਿੰਤੂ ਪਰੰਤੂ ਕਰਨ ਦਾ ਕੱਟੜ ਤਾਂ ਬਾਈ ਉਹੀ ਚੰਗੀ ਜਿਹੜੀ ਤੁਸੀਂ ਆਪਣੇ ਤੇ ਲਾਗੂ ਕਰੋ ਆਪਣੇ ਤੇ ਤਾਂ ਕਰਦੇ ਨਹੀਂ ਜੇ ਤੁਸੀਂ ਆਪਣੇ ਤੋਂ ਦੂਜੇ ਤੇ ਕਰਦੇ ਹੋ ਫਿਰ ਤੁਹਾਡੀ ਗਰਾਰੀ ਟੁੱਟਣੀ ਉਹਦੇ ਦੰਦੇ ਭਰਨੇ ਆ ਭਾਵ ਤੁਹਾਡਾ ਰਿਸ਼ਤਾ ਟੁੱਟਣਾ ਬਿਲਕੁਲ ਠੀਕ ਹੈ ਕਿ ਨਹੀਂ ਨਹੀਂ ਕੱਟੜਤਾ ਮਾੜੀ ਹੈ ਜੀ ਜਿੱਥੇ ਵੀ ਹੈਗੀ ਕੱਟੜਤਾ ਹੁਣ ਮੈਂ ਬਥੇਰਾ ਆਪਣੇ ਆਪ ਨੂੰ ਕੱਟੜਤਾ ਰਖਾਉਂਦਾ ਮੈਂ ਕਿਸੇ ਤੇ ਲਾਗੂ ਥੋੜੋ ਕਰ ਸਕਦਾ ਹਰੇਕ ਦਾ ਆਪਣਾ ਜੀਵਨ ਆ ਬਾਈ ਬਿਲਕੁਲ ਨਹੀਂ ਬਹੁਤ ਵਧੀਆ ਗੱਲ ਕਹੀ ਹੈ ਜੀ ਜਿਓ ਔਰ ਜੀਨੇ ਦੋ ਕਿਸੇ ਨੂੰ ਕਿੰਤੂ ਨਾ ਕਰੋ ਯਾਰ ਕੋਈ ਕਿਤੇ ਵੀ ਜਾਂਦਾ ਕਿਸੇ ਨੂੰ ਤੁਸੀਂ ਇੰਨਾ ਨਿੰਦੋ ਨਾ ਬਿਲਕੁਲ ਬਿਲਕੁਲ ਇੱਦਾਂ ਵੱਡੀ ਪਾਲਿਸੀ ਨਹੀਂ ਜੀ ਸਭ ਨੂੰ ਜਾਣਦਾ ਬਾਕੀ ਭਾਈ ਮੈਨੂੰ ਇਹਨਾਂ ਕੂਣਾ ਬੋਲਣਾ ਨਹੀਂ ਆਉਂਦਾ ਮੈਂ ਪਹਿਲਾ ਆ ਜ਼ਿੰਦਗੀ ਦੇ ਵਿੱਚ ਵੀ ਜਾਣੀ ਮੈਂ ਤੁਹਾਡੇ ਨਾਲ ਮੋਹ ਪਿਆਰ 'ਚ ਤੁਰ ਪਿਆ ਦੇਖੋ ਸਾਨੂੰ ਵੀ ਮਾਣ ਮਹਿਸੂਸ ਹੋਇਆ ਜੀ ਇਸ ਚੀਜ਼ ਦਾ ਆਹ ਇੱਥੋਂ ਕੁਛ ਖਰੀਦਾ ਫਰੋਖਤਾ ਜੀ ਉਹ ਇਹ ਖੋਤੀਆਂ ਜੀ ਖੋਤੀ ਚੌਂਕ ਜਿਹੜੇ ਆ ਜਿਹੜੇ ਖੋਤੀ ਚੁੱਗਣ ਵਾਲਿਆਂ ਦੀ ਹੈ ਹਾਂ ਸਿਗਟਾਂ ਸਵੇਰ ਨੂੰ ਪੈਸੇ ਪਾਓ ਲੈ ਜਾਓ ਉਪਾਰੀ ਨਹੀਂ ਲਾਇਆ ਆ ਉਹ ਉੱਥੇ ਵੀ 18 ਸਾਲ ਦੇ ਦਾ ਜਿਹੜਾ ਕਾਰਟ ਬੈਂਕ ਦਾ ਬਣਿਆ ਹੋਊਗਾ ਉਹੀ ਕੱਢ ਸਕਦਾ 18 ਸਾਲ ਤੋਂ ਥੱਲੇ ਕਿਸੇ ਨੂੰ ਸਿਗਟ ਨਹੀਂ ਮਿਲਦੀ ਪਰ ਸੜਕਾਂ ਤੇ ਸਿਗਟਾਂ ਇਦਾਂ ਲੱਗੇ ਹੋਏ ਇਹਨਾਂ ਵਾਸਤੇ ਹੁਣ ਤੁਸੀਂ ਪੁੱਛਿਆ ਤਾਂ ਮੈਂ ਗਿਆਨ ਦੇਣਾ ਹੀ ਸੀਗਾ ਤੁਹਾਨੂੰ ਬਿਲਕੁਲ ਬਿਲਕੁਲ ਨਹੀਂ ਦੇਖੋ ਬੰਦੇ ਨੂੰ ਨੌਲੇਜ ਸਾਰੀ ਹੋਣੀ ਚਾਹੀਦੀ ਆ ਕਿਸੇ ਵੀ ਚੀਜ਼ ਬਾਰੇ ਜੇ ਆਪਾਂ ਬੱਚੇ ਨੂੰ ਕੁਝ ਦੱਸਦੇ ਨਹੀਂ ਤੇ ਫਿਰ ਉਹ ਤੋਂ ਐਕਸਪੈਕਟੇਸ਼ਨ ਕਰਦੇ ਆ ਉਹ ਗਲਤੀ ਨਾ ਕਰੇ ਤਾਂ ਫਿਰ ਇਹ ਮਾੜੀ ਗੱਲ ਆ ਨਾ ਜੀ ਦੱਸਣਾ ਤਾਂ ਸਭ ਪਊ ਆ ਯਾਰ ਆਪਣੇ ਦਾ ਨਾ ਪੰਜਵੇਂ ਪਾਤਸ਼ਾਹ ਨੇ ਖਾੜੇ ਰਚੇ ਮੱਲ ਬਣਾਏ ਆਪਣੇ ਦਾ ਯਾਰ ਸਿੱਖੀ ਜਿਹੜੀ ਆ ਇਹ ਤਾਂ ਸਰੀਰਾਂ ਦੀ ਤੇ ਇਹ ਤਾਂ ਇੱਕ ਬਹੁਤ ਵਧੀਆ ਕਰੈਕਟਰ ਦੀ ਆ ਬਿਲਕੁਲ ਬਿਲਕੁਲ ਅਸੀਂ ਭਾਗਾਂ ਵਾਲੇ ਹੋਣਾ ਚਾਹੀਦਾ ਵੀ ਸਾਨੂੰ ਗੁਰੂ ਨਾਨਕ ਦੇ ਘਰਾਂ ਦੇ ਵਿੱਚ ਜਨਮ ਮਿਲਿਆ ਆ ਬਿਲਕੁਲ 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 ਹੁਣ ਬਾਣੀ ਕਹਿੰਦੀ ਹੈ ਕਰਤੂਤ ਪਸ਼ੂ ਕੀ ਮਾਨਸ ਜਾਤ ਕਈ ਹੁਣ ਪਸ਼ੂਆਂ ਵਾਲੀ ਜ਼ਿੰਦਗੀ ਜਿਹਦੇ ਹੈਗੇ ਇਨਸਾਨ ਜ਼ਰੂਰ ਹੁੰਦੇ ਆ ਉਹ ਸਾਹਮਣੇ ਲੱਗਿਆ ਆ ਗਿਆ ਬੋਰਡ ਉਹ ਬੋਰਡ ਆ ਗਿਆ ਵੀ ਇੱਥੋਂ ਉਹਦਾ ਮਤਲਬ ਉਹ ਜਿਹੜਾ ਨਾ ਤਿੰਨ ਖੂੰਜੀ ਪੱਟੀ ਬਣਾਈ ਹੈ ਉਹਦਾ ਮਤਲਬ ਵੀ ਧਿਆਨ ਦੇ ਨਾਲ ਮੇਰੀ ਟ੍ਰੇਨ ਚੱਲਦੀ ਹੈ ਉਹ ਜਿਹੜਾ ਇੱਦਾਂ ਬਣਾਇਆ ਆ ਉਹ ਤੀਰ ਤਾਂ ਚਲੋ ਹੈਗਾ ਵੀ ਤੁਹਾਡੀ ਪਹਿਲ ਆ ਤੁਸੀਂ ਲੰਘ ਸਕਦੇ ਦੇਖ ਕੇ ਉਹ ਵੀ ਉੱਥੇ ਰੋਕ ਕੇ ਗੱਡੀ ਇਹ ਰੇਲਵੇ ਫਾਟਕ ਇੱਥੇ ਹੈ ਨਹੀਂ ਹੈ ਹੈਗਾ ਹੈਗਾ ਫਾਟਕ ਹੈਗਾ ਉਹੀ ਹੈ ਕੱਲ੍ਹ ਵਾਲਾ ਹੀ ਲੰਘੇ ਸੀ ਇੱਥੋਂ ਦੀ ਉਹ ਉਹਦੇ ਲਿਖਿਆ ਮਕਾਈਜ਼ਰ ਸਟੂਲ ਨਾਲੇ ਸਪੈਲਿੰਗ ਦੇਖ ਲੈਣਗੇ ਉਹ ਸਪਾਈਜ਼ਲ ਉਹਦਾ ਆਪਾਂ ਪ੍ਰੋਪਰ ਬਣਾਇਓ ਆ ਬਰੋਟ ਵਾਲੀ ਹੈ ਜੀ ਇੱਥੋਂ ਕੌਫੀ ਪੀਣੀ ਨਹੀਂ ਜੀ ਕੌਫੀ ਨਹੀਂ ਹੁਣ ਕੁਛ ਵੀ ਨਹੀਂ ਪੀਣਾ ਹੁਣ ਆਪਾਂ ਰੇਲਵੇ ਸਟੇਸ਼ਨ ਦੇਖਣਾ ਇਕੱਲਾ ਥੋੜ੍ਹਾ ਜਿਹਾ ਇਹਨੂੰ ਬੰਨ ਆਫ ਕਹਿੰਦੇ ਜੀ ਉਹ ਲਿਖਿਆ BAHNHOF ਨਾ ਬੰਨ ਆਫ ਕਹਿੰਦੇ ਸਟੇਸ਼ਨ ਨੂੰ ਅੱਛਾ ਬੰਨ ਆਫ ਸਟੇਸ਼ਨ ਹੁੰਦਾ ਹੈ ਹਾਂ ਆਹ ਲਿਖਿਆ ਉਹ ਤਾਂ ਜਿਹੜਾ ਹੈਗਾ ਇਹਨਾਂ ਨੇ ਲਿਖਿਆ ਕਾਈਜ਼ਰਸ ਟੂ
ਸਟੂਲ 1 ਹਾਂਜੀ ਸਟੂਲ 1 ਕਹਿੰਦੇ ਜਿਹੜੀ ਸਾ ਚੱਲਦੀ ਆ ਡੱਬੇ ਦੋ ਲੈ ਕੇ ਟ੍ਰੇਨ ਅੱਛਾ 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 ਇਹ ਕਾਈਜ਼ਰ ਸਟੂਲ 1 ਉਹਨੂੰ 1 ਕਹਿ ਦਿੰਦੇ ਆ ਹਾਂਜੀ ਉਹ ਫਿਰ ਉਹਦਾ ਦਫ਼ਤਰ ਆ ਹਾਂਜੀ ਨਹੀਂ ਦਫ਼ਤਰ ਨਹੀਂ ਉਹ 1 ਹੋਫ ਦਾ ਮਤਲਬ ਹੁੰਦਾ ਵੀ ਸਟੇਸ਼ਨ ਆ ਇਹ ਆਪਾਂ ਉੱਥੋਂ ਤੱਕ ਜਾ ਸਕਦੇ ਹਾਂ ਜਿੰਨਾ ਮਰਜੀ ਕਹਿੰਦਾ ਟਿਕਟ ਦਾ ਕੋਈ ਪਲੇਟਫਾਰਮ ਟਿਕਟ ਤਾਂ ਨਹੀਂ ਹੁੰਦੀ ਉਹ ਤਾਂ ਇੱਥੇ ਦੇ ਸਰਪੰਚ ਨਾਲ ਵੀ ਮੇਰੀ ਯਾਰੀ ਹੈ ਬਾਈ ਜਿਹਨੂੰ ਮਰਜੀ ਲੰਘ ਜਾ ਫਿਰ ਠੀਕ ਆ ਹਾਂ ਸਿੱਧੀ ਆਪਣੀ ਜਦ ਇੱਥੇ ਲਾਲ ਨਹੀਂ ਲਾਈਟ ਆਉਂਦੀ ਤੁਸੀਂ ਉੱਤੇ ਜਿੱਦਣ ਮਰਜ਼ੀ ਚੱਲ ਜਾਓ ਇਹਨੂੰ ਫਿਰ ਨਹੀਂ ਲੰਘਣਾ ਜਦ ਇੱਥੇ ਲਾਲ ਲਾਈਟ ਆਪਾਂ ਵਿਚਾਲੜੇ ਤੇ ਚੱਲਦੇ ਹਾਂ ਫਿਰ ਆਪਾਂ ਸੌਖਾ ਰੂ ਬਣਾਉਣਾ ਹਾਂਜੀ ਸੋ ਇਹ ਆ ਜੀ ਇੱਥੋਂ ਦਾ ਟੇਸ਼ਨ ਅੰਡਿੰਗਣ ਦਾ ਇੱਥੇ ਵੀ ਪੈੜਾਂ ਕਰਨੀਆਂ ਲਿਖੀਆਂ ਸੀ ਗੱਲ ਇੱਦਾਂ ਵੀ ਸ਼ੇਰਾ ਜਹਾਂ ਦਾਣੇ ਤਹਾਂ ਖਾਣੇ ਹੁੰਦਾ ਤੁਹਾਡਾ ਗੱਫਾ ਪਾਣੀ ਲਿਖਿਆ ਸੀ ਆਪਣਾ ਜੀ ਬਸ ਉਹੀ ਆ ਜੀ ਇੱਥੇ ਤੁਹਾਨੂੰ ਲੈ ਆਇਆ ਜੀ ਜੀ ਸੋ ਇਹ ਆ ਜੀ ਸਟੇਸ਼ਨ ਤੇ ਆ ਸਾਈਕਲ ਲੋਕ ਇੱਥੇ ਪਾਰਕ ਕਰਕੇ ਜਾਂਦੇ ਆ ਫਿਰ ਜਿਹੜੀ ਆਪਣੇ ਘਰਾਂ ਦੂਰ ਆ ਘਰ ਉੱਥੋਂ ਇੱਥੇ ਤਾਂ ਹੀ ਆ ਜਾਂਦੇ ਇੱਥੋਂ ਫਿਰ ਉਹ ਟਰਾਮ ਜਿਹੜੀ ਉਹ 'ਚ ਚੱਲ ਜਾਂਦੇ ਆ ਬੰਨ 'ਚ ਚੱਲ ਇੱਧਰ ਹੀ ਜਾਣਾ ਹੁਣ ਵਾਪਸ ਹੈ ਨਾ ਜੀ ਹਾਂਜੀ ਆਪਣੀ ਗੱਡੀ ਆ ਉੱਥੇ ਆਪਾਂ ਉੱਥੋਂ ਇਹਨੂੰ ਮੋੜ ਅੱਛਾ ਉੱਧਰ ਖੜੀ ਆ ਫਿਰ ਆਪਾਂ ਇਹ ਲੰਘ ਜੀ ਆਹ ਆ ਦੇ ਆ ਲਿਖਿਆ ਇੰਡਿੰਗ ਨਾ ਮਕਾਈਜ਼ਰ ਸਟੂਲ ਆ ਸਟੇ ਆ ਪੂਰਾ ਨਾਂ ਇਹ ਇਹ ਸਾਡਾ ਏਰੀਆ ਦਾ ਅਸਲੀ ਨਾਂ ਇਹ ਆ ਇਹ ਅਸਲੀ ਹਾਂ ਜੇ ਤੁਸੀਂ ਲੱਭਣਾ ਤਾਂ ਐਂ ਲੱਭੂਗਾ ਭਰ ਕੇ ਦੇਖ ਲਿਆ ਤਾਂ ਸ਼ਵਾਰਸਵਾਲਡ ਕਹਿ ਦਿੰਦੇ ਕਾਲਾ ਜੰਗਲ ਇੰਗਲਿਸ਼ 'ਚ ਕੀ ਕਹਿੰਦੇ ਜਿਹਦਾ ਬਲੈਕ ਫੋਰੈਸਟ ਕਹਿ ਦਿੰਦੇ ਹਾਂ ਕਾਲੇ ਜੰਗਲ ਦੇ ਨਾਂ ਨਾਲ ਮਸ਼ਹੂਰ ਹੈ ਮੈਂ ਕਿਹਾ ਦਰਖਤ ਹੀ ਕਾਲੇ ਆ ਇੱਧਰ ਨੂੰ ਪਹਾੜਾਂ 'ਚ ਨਿਗਾਹ ਮਾਰੋ ਜਿਹੜੇ ਆ ਤਾਨਣ ਜਿਹੜੇ ਚੀਨ ਦੇ ਦਰਖਤ ਆ ਉਹ ਕਾਲੇ ਦਿੰਦੇ ਹਾਂ ਗੂੜੇ ਹਰੇ ਹੋਣ ਕਰਕੇ ਉਹ ਕਾਲਾ ਪਣ ਦਿੰਦਾ ਖੂਹ ਤੇ ਗੇੜਾ ਮਾਰ ਲਓ ਭਲਵਾਨੀ ਖੜਦਾ ਤੁਹਾਨੂੰ ਇੱਕ ਇੱਥੇ ਹੈਗਾ ਛੱਪੜੀ ਆ ਆ ਆ ਹੈਗਾ ਇਹਦਾ ਟਾਈਮ ਟੇਬਲ ਆ ਜੀ ਹੁਣ ਕਦੋਂ ਕਦੋਂ ਆਉਂਦੀਆਂ ਹਾਂਜੀ 1-3 ਤੇ ਆਊ ਹੁਣ ਬਰਾਈ ਸਾਖ ਨੂੰ ਜਾਣੀ ਆ ਜੀ 1-3 ਤੇ ਆਫ ਹਾਰਟ ਦਾ ਮਤਲਬ ਹੁੰਦਾ ਵੀ 3 ਚੱਲਣੀ ਹੈ 9 ਵਜੇ